ਸਿੰਘ ਸਰਾਵਾ ਚੇਅਰ ਦੇ ਇੰਚਾਰਜ ਡਾਕਟਰ ਪੀਮਿੰਦਰ ਬਾਕੀ ਸਾਰੇ ਅਧਿਆਪਕ ਅਤੇ ਵਿਦਿਆਰਥੀ ਨੇ ਸਾਥੀ ਮੈਂ ਪਹਿਲਾਂ ਤਾਂ ਕਿਉਂਕਿ ਕਰਤਾਰ ਸਿੰਘ ਸਰਾਵਾ ਇੱਕ ਕੰਟੀਨਿਊਟੀ ਵਿੱਚ ਭਗਤ ਸਿੰਘ ਆਉਂਦੇ ਨੇ ਲੇਕਿਨ ਕਰਤਾਰ ਸਿੰਘ ਸਰਾਵਾ ਦਾ ਕਿਉਂਕਿ 125ਵਾਂ ਜਨਮ ਦਿਨ ਚੱਲ ਰਿਹਾ ਤਾਂ ਇਹ ਜਦੋਂ ਮੈਂ ਉਹਨਾਂ ਦੇ ਬਾਰੇ ਵਿੱਚ ਜਾਣ ਰਿਹਾ ਸੀ ਤਾਂ ਮੈਨੂੰ ਲੱਗਾ ਕਿ ਬਹੁਤ ਸਾਰੇ ਨੁਕਤੇ ਜਿਹੜੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਜਿਹੜਾ ਬਣਨਾ ਹੈ ਕਿ ਜੋ ਅਸੀਂ ਬਾਅਦ ਵਿੱਚ ਦੇਖਦੇ ਹਾਂ ਉਹਦਾ ਇੱਕ ਪ੍ਰੋਸੈਸ ਹੈ ਜਿਹਦੇ ਵਿੱਚੋਂ ਉਹ ਬਣੇ ਉਹਦੇ ਉੱਤੇ ਦੋ ਤਿੰਨ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਜਿਹੜੀਆਂ ਬਹੁਤ ਅਹਿਮ ਲੱਗੀਆਂ ਮੈਨੂੰ ਪਹਿਲੀ ਗੱਲ ਤਾਂ ਹੈ ਕਿ ਕਿਉਂਕਿ ਉਹ ਪੰਜਾਬ ਵਿੱਚ ਨੇ ਜਦੋਂ ਪਗੜੀ ਸੰਭਾਲ ਜੱਟਾ ਮੂਵਮੈਂਟ ਚੱਲ ਰਿਹਾ ਤਾਂ ਮੇਰੇ ਮਨ 'ਚ ਇਹ ਪ੍ਰਸ਼ਨ ਸੀ ਕਿ ਕਰਤਾਰ ਸਿੰਘ ਸਰਾਭਾ ਨੇ ਉਹਦਾ ਕੀ ਆਪਣੇ 'ਤੇ ਪ੍ਰਭਾਵ ਲਿਆ ਕਿਉਂਕਿ 1909 ਤੱਕ ਉਹ ਲੁਧਿਆਣੇ ਪੜ੍ਹੇ ਨੇ ਔਰ ਉਹਦੇ ਤੋਂ ਬਾਅਦ 2 ਸਾਲ ਉਹ ਕਟਕ ਵਿੱਚ ਪੜ੍ਹੇ ਨੇ ਅਤੇ ਜਦੋਂ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਉਹਨਾਂ ਦੇ ਸਭ ਤੋਂ ਕਲੋਜ਼ ਸਾਥੀ ਨੇ ਉਹਨਾਂ ਦਾ ਜ਼ਿਕਰ ਪੜ੍ਹਿਆ ਕਿ ਜਦੋਂ ਪੰਜਾਬੀ ਵਿੱਚ ਗਦਰ ਕੱਢਣਾ ਸੀ ਤਾਂ ਪਹਿਲੇ ਗਦਰ ਅੰਕ ਵਾਸਤੇ ਕਰਤਾਰ ਸਿੰਘ ਸਰਾਭਾ ਨੇ ਪਗੜੀ ਸੰਭਾਲ ਜੱਟਾ ਜਿਹੜਾ ਗੀਤ ਹੈ ਉਹ ਮੂੰਹ ਜ਼ਬਾਨੀ ਉਹਨੂੰ ਲਿਖ ਕੇ ਛਾਪਿਆ ਇਹਦਾ ਮਤਲਬ ਹੈ ਕਿ 12 ਸਾਲ 13 ਸਾਲ ਦਾ ਬੱਚਾ ਕਿਉਂਕਿ 96 ਦਾ ਜਨਮ ਹੈ ਉਹਨਾਂ ਦਾ 9 ਵਿੱਚ ਉਹ 13 ਸਾਲ ਦੇ ਨੇ ਲੇਕਿਨ ਇੱਕ ਇੰਪ੍ਰੈਸ਼ਨ ਹੈ ਕਿ ਜੋ ਹੋ ਰਿਹਾ ਉਹਦੇ ਨਾਲ ਉਹ ਜੁੜੇ ਹੋਏ ਨੇ ਫਿਰ ਦੂਜੀ ਗੱਲ ਜਿਹੜੀ ਮੈਨੂੰ ਲੱਗੀ ਕਿ ਉਹਨਾਂ ਨੇ ਆਪਣੇ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਬਿਆਨ ਦਿੱਤਾ ਉਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਮਦਰ ਮਤਲਬ ਜਿਹੜੇ ਨੇ 1908 ਵਿੱਚ ਮਤਲਬ ਫੌਤ ਹੋ ਗਏ ਪਿਤਾ ਉਹ ਕਹਿੰਦੇ ਨੇ ਵੀ ਉਹ 11 ਸਾਲ ਪਹਿਲਾਂ ਮਤਲਬ ਫੌਤ ਹੋ ਗਏ ਸੀ ਅਤੇ ਮੈਨੂੰ ਲੱਗਾ ਕਿ ਮਾਂ ਦਾ ਜਿਹੜਾ ਬੱਚੇ ਦਾ ਰਿਸ਼ਤਾ ਹੈ ਉਹਨੂੰ ਨਹੀਂ ਕਦੀ ਅਸੀਂ ਐਕਸਪਲੋਰ ਕੀਤਾ ਕਿ ਮਾਂ ਦੇ ਨਾਨਕੇ ਕਰਤਾਰ ਸਿੰਘ ਸਰਾਭਾ ਦੇ ਨਾਨਕੇ ਕਿੱਥੇ ਨੇ ਆਪਾਂ ਕਦੀ ਜਾਣਨਾ ਨਹੀਂ ਚਾਹਿਆ ਲੇਕਿਨ ਜਦੋਂ ਮੈਂ ਜਾਣਿਆ ਉਹ ਮੋਹਾਲੀ ਖੁਰਦ ਉਹਨਾਂ ਦੇ ਨਾਨਕੇ ਨੇ ਔਰ ਉਹ ਸਾਰਾ ਇਲਾਕਾ ਲੋਟਵੱਦੀ ਰਸ਼ੀਨ ਲੋਹਗੜ੍ਹ ਔਰ ਰਾੜਾ ਸਾਹਿਬ ਇਹ 2 ਧਾਰਾਵਾਂ ਨੂੰ ਮਤਲਬ ਉਹਨਾਂ ਨੇ ਜਨਮ ਦਿੱਤਾ ਪਹਿਲੇ ਧਾਰਾ ਹੈ ਜਿਹੜੀ ਨਿਰਮਲੇ ਸੰਤਾਂ ਦੀ ਐਕਚੁਲੀ ਰਾੜਾ ਸਾਹਿਬ ਦਾ ਜਿਹੜਾ ਮਤਲਬ ਪਿਛੋਕੜ ਹੈ ਉਹ ਨਿਰਮਲੇ ਸੰਤਾਂ ਦਾ ਔਰ ਨਿਰਮਲਿਆਂ ਵਾਸਤੇ ਗੁਰੂ ਗੋਬਿੰਦ ਸਿੰਘ ਨੇ 2 ਟਾਸਕ ਦਿੱਤੇ ਸੀ ਕਿ ਤੁਸੀਂ ਲੋਕਾਂ ਨੂੰ ਐਜੂਕੇਟ ਕਰਨਾ ਔਰ ਨਾਲ ਹੀ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਤਾਂ ਉਹ ਮਦਦ ਕਰਦੇ ਸੀ ਤਾਂ ਇਹਦਾ ਮਤਲਬ ਹੈ ਔਰ ਉਹਦੇ ਤੋਂ ਬਾਅਦ ਇਹੀ ਇਲਾਕਾ ਜਿਹੜਾ ਹੈ ਇਹ ਸਭ ਤੋਂ ਜ਼ਿਆਦਾ ਨਾਮਧਾਰੀ ਮੂਵਮੈਂਟ ਦਾ ਵੀ ਇਫੈਕਟਰ ਹੈ ਤਾਂ ਮੈਨੂੰ ਲੱਗਾ ਕਿ ਕਿਸੇ ਵੇਲੇ ਜਾ ਕੇ ਉੱਥੇ ਲੱਭਿਆ ਜਾਵੇ ਕਿ ਉਹ ਮਾਂ ਨੇ ਆਪਣੇ ਬੱਚੇ ਨੂੰ ਮਤਲਬ ਕਿ ਇਹ ਜਿਹੜੀਆਂ ਵੈਲਿਊਜ਼ ਨੇ ਇਹ ਮਾਂ ਦਿੰਦੀ ਹੈ ਦਾਦਾ ਨਹੀਂ ਦਿੰਦਾ ਤਾਂ ਉਹ ਜਿਹੜਾ ਹੈ ਇੱਕ ਪੱਖ ਐਕਸਪਲੋਰ ਕਰਨ ਵਾਲਾ ਹੈ ਤੀਸਰੀ ਗੱਲ ਕਿ ਉਹ ਜਦੋਂ ਮਾਂ ਦੀ ਡੈਥ ਹੁੰਦੀ ਹੈ ਤਾਂ ਪੰਜਾਬ ਛੱਡਦੇ ਨੇ ਇਹਦਾ ਮਤਲਬ ਹੈ ਕਿ ਮਾਂ ਨਾਲ ਉਹਨਾਂ ਦਾ ਇੱਕ ਸਾਂਝ ਹੈ ਅਤੇ ਉਹ ਕਟਕ ਜਾਂਦੇ ਨੇ ਕਟਕ 2 ਸਾਲ ਪੜ੍ਹੇ ਉਹ ਰੈਵਨ ਸ਼ਾਹ ਕੋਲਜੀਏਟ ਸਕੂਲ ਹੈ ਜਿਹਦੇ 'ਚੋਂ ਪੜ੍ਹੇ ਉਹਨੇ ਤੁਹਾਨੂੰ ਹੈਰਾਨੀ ਹੋਏਗੀ ਕਿ ਉਹ ਅਤੇ ਨੇਤਾ ਜੀ ਸੁਭਾਸ਼ ਕਲਾਸ ਕਰ ਰਹੇ ਨੇ ਕਿਉਂਕਿ ਉਹਨਾਂ ਦੋਵਾਂ ਨੇ 10 ਤੋਂ ਬਾਅਦ 9ਵੀਂ 10ਵੀਂ ਜਿਹੜੀ ਹੈ ਮੈਟ੍ਰੀਕੁਲੇਸ਼ਨ ਹੈ ਉਹ ਕੀਤੀ ਔਰ ਮੈਂ ਕੱਲ੍ਹ ਜਦੋਂ ਹੋਰ ਐਕਸਪਲੋਰ ਕਰ ਰਿਹਾ ਸੀ ਮੈਨੂੰ ਲੱਗਦਾ ਸੀ ਕਿਉਂਕਿ ਉਹਨਾਂ ਦਾ ਜਨਮ 1897 ਦਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਅਤੇ ਉਹ ਸ਼ਾਇਦ ਇਹਨਾਂ ਦੇ ਨਾਲੋਂ ਇੱਕ ਸਾਲ ਜੂਨੀਅਰ ਹੋਣ ਲੇਕਿਨ ਜਦੋਂ ਕੱਲ੍ਹ ਮੈਂ ਦੇਖਿਆ ਥੋੜ੍ਹੀ ਹੋਰ ਉੱਤੇ ਕਿ 1912 ਵਿੱਚ ਉਹਨਾਂ ਨੇ ਮੈਟ੍ਰਿਕ ਕੀਤੀ 1912 ਵਿੱਚ ਹੀ ਕਰਤਾਰ ਸਿੰਘ ਸਰਾਭਾ ਮੈਟ੍ਰਿਕ ਕਰਦੇ ਨੇ ਔਰ ਉਹ ਤੋਂ ਬਾਅਦ ਉਹ ਅਮੈਰੀਕਾ ਜਾਂਦੇ ਨੇ ਉਹ ਜਿਹੜਾ 2 ਸਾਲ ਦਾ ਪੀਰੀਅਡ ਹੈ ਮੈਂ ਸਮਝਦਾ ਕਿ ਸਭ ਤੋਂ ਇੰਪੋਰਟੈਂਟ ਹੈ ਔਰ ਜੱਜ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਅਮਰੀਕਾ ਆਣ ਕੇ ਇਨਕਲਾਬੀ ਨਹੀਂ ਬਣਿਆ ਇਹ ਤਾਂ ਇਨਕਲਾਬੀ ਬਣ ਕੇ ਆਇਆ ਸੀ ਔਰ ਉਹਦਾ ਜਿਹੜਾ ਪ੍ਰਭਾਵ ਹੈ ਉਹ ਤੁਸੀਂ ਨੇਤਾ ਜੀ ਸੁਭਾਸ਼ ਦੀ ਆਪਣੀ ਮਤਲਬ ਜਿਹੜੀ ਉਹਨਾਂ ਦੀ ਇੰਡੀਆ ਸਟਰਗਲ ਫਾਰ ਫਰੀਡਮ ਹੈ ਉਹਦੇ ਵਿੱਚੋਂ ਮਿਲਦਾ ਹੈ ਉਹ ਕਹਿੰਦੇ ਨੇ ਕਿ ਮੈਂ ਬਹੁਤ ਧਾਰਮਿਕਤਾ ਵੱਲ ਵੀ ਸੀ ਉਹ ਲੱਭਣ ਵੀ ਤੁਰੇ ਗੁਰੂ ਲੇਕਿਨ ਮਿਲਿਆ ਨਹੀਂ ਪਰ ਉਹਦੇ ਤੋਂ ਬਾਅਦ ਉਹਨਾਂ ਨੇ ਮਤਲਬ ਉਹ ਮੈਟ੍ਰਿਕ 'ਚ ਸੈਕਿੰਡ ਆਏ ਉੜੀਸਾ ਵਿੱਚੋਂ ਕਲਕੱਤਾ ਯੂਨੀਵਰਸਿਟੀ 'ਚੋਂ ਅਤੇ ਲੇਕਿਨ ਜਿਹੜੀ ਉਹ ਕਹਿੰਦੇ ਕਿ ਜਿਹੜਾ ਮੇਰੇ ਵਿੱਚ ਲੋਕਾਂ ਪ੍ਰਤੀ ਕੰਮ ਕਰਨ ਦੀ ਚਿਣਗ ਹੈ ਉਹ ਮੈਨੂੰ ਉਸ ਕਾਲਜ 'ਚੋਂ ਮਿਲੀ ਉਸ ਸਕੂਲ 'ਚੋਂ ਮਿਲੀ
ਔਰ ਸਕੂਲ ਦੇ ਪ੍ਰਿੰਸੀਪਲ ਕੌਣ ਸਨ? ਮਾਧਵ ਦਾਸ, ਜਿਨ੍ਹਾਂ ਨੇ ਪ੍ਰਭਾਵਿਤ ਕੀਤਾ। ਇਹਦਾ ਮਤਲਬ ਹੈ ਕਰਤਾਰ ਸਿੰਘ ਸਰਾਭਾ ਵੀ ਉਹ ਪ੍ਰਭਾਵ ਲੈ ਰਹੇ ਨੇ, ਔਰ ਬੈਨੀ ਮਾਧਵ ਦਾਸ ਜਿਹੜੇ ਉੱਥੋਂ ਦੇ ਪ੍ਰਿੰਸੀਪਲ ਨੇ, ਉਹਨਾਂ ਦੀਆਂ ਦੋ ਬੇਟੀਆਂ ਬੀਨਾ ਦਾਸ ਅਤੇ ਕਲਪਨਾ ਦਾਸ ਦੋਨੋਂ ਇਨਕਲਾਬੀ ਹੋਈਆਂ, ਜਿਨ੍ਹਾਂ ਨੇ 15 ਸਾਲ ਦੀ ਉਮਰ ਵਿੱਚ ਐਕਸ਼ਨ ਲਿਆ। ਔਰ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਮੈਂ ਬੀਨਾ ਦਾਸ ਉਹਨਾਂ ਦੇ ਦਰਸ਼ਨ ਵੀ ਕੀਤੇ, ਉਹਨਾਂ ਨੂੰ ਪੰਜਾਬ ਵੀ ਦਿਖਾ ਲਿਆ। ਤੋ ਮਤਲਬ ਇਹ ਜਿਹੜਾ ਹੈ ਕਿ ਉਹ ਪ੍ਰਭਾਵ ਨੂੰ ਅਸੀਂ ਜਦੋਂ ਛੱਡ ਜਾਂਦੇ ਹਾਂ ਤਾਂ ਫਿਰ ਬਹੁਤ ਕੁਛ, ਕਿਉਂਕਿ ਛੋਟੀ ਉਮਰ ਵਿੱਚ ਛੋਟੇ ਛੋਟੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਸਮਝਣਾ। ਔਰ ਜਿਹੜਾ ਤੀਸਰਾ ਹੈ ਕਿ ਜਦੋਂ ਉੱਥੇ ਇਮੀਗ੍ਰੇਸ਼ਨ ਦੀ, ਕਿਉਂਕਿ ਉਹਨਾਂ ਨੂੰ ਓਰੀਜਨਲ ਰਿਕਾਰਡ ਮਿਲ ਗਿਆ, ਹਾਲਾਂਕਿ ਭਗਤ ਸਿੰਘ ਉਹਨਾਂ ਨੇ ਉਸ ਵੇਲੇ ਉਹਨੂੰ ਵੀ ਰਿਪਰੋਡਿਊਸ ਕੀਤਾ ਸੀ ਕੁਛ ਪਾਰਟ ਉਹਦਾ, ਅਤੇ ਉਹਦੇ ਵਿੱਚ ਉਹ ਆਪਣਾ ਉੜੀਸਾ ਵਾਲਾ ਜਿਹੜਾ ਸੰਬੰਧ ਹੈ ਉਹ ਛੁਪਾ ਜਾਂਦੇ, ਕਿਉਂਕਿ ਜਦੋਂ ਇਮੀਗ੍ਰੇਸ਼ਨ ਆਫਿਸਰ ਪੁੱਛਦੇ ਤੂੰ ਇੰਨੀ ਚੰਗੀ ਅੰਗਰੇਜ਼ੀ ਕੀਤਾ ਸੀ, ਕਹਿੰਦਾ ਜੀ ਮੈਂ ਲੁਧਿਆਣੇ ਮਿਸ਼ਨਰੀ ਸਕੂਲ 'ਚ ਪੜ੍ਹਦਾ। ਹੁਣ ਉਹ ਛੁਪਾ ਕਿਉਂ ਰਹੇ ਨੇ? ਕਿਉਂਕਿ ਜਿਹੜਾ ਇਹ ਕਟਕ ਦਾ ਇਲਾਕਾ ਹੈ ਉੜੀਸਾ ਦਾ, ਇਹ ਇੱਕ ਬਹੁਤ ਵੱਡੇ ਬੰਗਾਲੀ ਰੈਵੋਲਿਊਸ਼ਨਰੀ ਜੈਤਨ ਬਾਘਾ ਦਾ ਹੈ, ਔਰ ਜੈਤਨ ਬਾਘਾ ਨੇ ਬਹੁਤ ਸਾਰੇ ਬੰਦਿਆਂ ਨੂੰ ਭੇਜਿਆ ਜਿਹੜੇ ਗਦਰ ਪਾਰਟੀ ਦੀ ਫਾਊਂਡੇਸ਼ਨ ਬਣੇ, ਐਮ ਐਨ ਰਾਏ, ਤਾਰਕ ਨਾਥ ਦਾਸ, ਔਰ ਹੋਰ ਬਹੁਤ ਸਾਰੇ ਬੰਦਿਆਂ ਨੂੰ ਉਹਨਾਂ ਨੇ ਵੀ ਜਾਓ ਬਾਹਰ ਜਾ ਕੇ ਟ੍ਰੇਨਿੰਗ ਲਓ, ਫਿਰ ਆਪਾਂ ਕਰਦੇ ਹੈਗੇ। ਔਰ ਜਿਹੜਾ ਵੀ ਸੰਬੰਧ ਸੀ, ਔਰ ਜਦੋਂ ਕਰਤਾਰ ਸਿੰਘ ਸਰਾਭਾ ਵਾਪਸ ਉਤਰੇ ਤਾਂ ਉਹ ਪਹਿਲਾ ਕੰਮ ਉਹਨਾਂ ਨੇ ਜੈਤਨ ਬਾਘਾ ਨੂੰ ਮਿਲਣ ਗਏ, ਉਹਨਾਂ ਨੇ ਇਹਨਾਂ ਨੂੰ ਰਾਸਦਾਰੀ ਬੋਸ ਨਾਲ ਮਿਲਾਇਆ। ਇਹ ਕਿਉਂਕਿ ਜੈਤਨ ਬਾਘਾ ਦੇ ਪੋਤੇ ਨੇ, ਉਹਨਾਂ ਨੇ ਕਿਤਾਬ ਲਿਖੀ ਹੁਣ, ਔਰ ਉਹਨਾਂ ਦਾ ਥੀਸਿਸ ਫਰਾਂਸ ਦਾ ਹੈ। ਤੋ ਮੇਰਾ ਕਿ ਇਹ ਤੱਤ, ਔਰ ਇੱਕ ਹੋਰ ਆਖਰੀ, ਕੀ ਤੁਹਾਡੀ ਕੋਈ ਕਿਤਾਬ ਹੈ ਪਸੰਦੀਦਾ ਜਿਹਨੇ ਤੁਹਾਨੂੰ ਹਿਲਾਇਆ ਹੋਵੇ? ਭਗਤ ਸਿੰਘ ਦੀ ਇੱਕ ਕਿਤਾਬ ਹੈ ਅਨਾਰਕਿਜ਼ਮ ਐਂਡ ਅਦਰ ਐਸੇਸ ਬਾਈ ਡੈਨ ਬ੍ਰੀਨ, ਜਿਹੜਾ ਕਹਿੰਦੇ ਵੀ ਮੈਨੂੰ ਸ਼ੁਰੂ ਤੋਂ ਉਹਨੇ ਲਾਇਆ। ਜਾਂ ਡਾਕਟਰ ਅਰਬਿੰਦੂ ਘੋਸ਼ ਜਿਹੜੇ ਨੇ, ਉਹਨਾਂ ਦੀ ਕਿਤਾਬ ਹੈ ਜਿਹੜੀ ਉਹਨਾਂ ਨੇ ਕਿਹਾ ਮੈਂ 16 ਵਾਰੀ ਪੜ੍ਹੀ, ਕਿਤਾਬ ਨਹੀਂ ਹੈ ਕਵਿਤਾ, ਪੀ ਬੀ ਸ਼ੈਲੇ ਦੀ ਦ ਰਿਵੋਲਟ ਆਫ ਇਸਲਾਮ, ਇਹਨੇ 16 ਵਾਰੀ ਪੜ੍ਹੀ ਅਤੇ ਮੈਨੂੰ ਲੱਗਾ ਕਿ ਮੈਨੂੰ ਕੁਛ ਕਰਨਾ ਚਾਹੀਦਾ, ਮੇਰੀ ਮੋਟੀਵੇਸ਼ਨ। ਔਰ ਕਰਤਾਰ ਸਿੰਘ ਸਰਾਭਾ ਉੱਤੇ ਇੱਕ ਰਿਪੋਰਟ ਫਾਈਲ ਹੁੰਦੀ ਹੈ CID ਦੀ, ਔਰ ਉਹ ਗੁਰਦੇਵ ਸਿੱਧੂ ਹੋਣਾ ਨੇ ਪਿਛਲੇ ਦਿਨੀ ਕੀਤੀ। ਫਿਰ ਉਹਦੇ 'ਚ ਇੱਕ ਤੱਤ ਲੱਭਾ, ਉਹ ਜਿਹੜਾ ਰਿਪੋਰਟਰ ਹੈ ਜਿਹੜਾ ਵੀ CID ਵਾਲਾ, ਉਹ ਸਾਰੀਆਂ ਗੱਲਾਂ ਕਰਕੇ ਕਹਿੰਦਾ ਕਿ ਜਦੋਂ ਮੈਂ ਉਹਨੂੰ ਮਿਲਿਆ ਸੀ ਤਾਂ ਉਹਦੇ ਹੱਥ 'ਚ 2 ਕਿਤਾਬਾਂ ਸੀਗੀਆਂ, ਇੱਕ ਇੰਡੀਅਨ ਸੋਸ਼ੀਓਲੋਜਿਸਟ ਜਿਹੜਾ ਮਤਲਬ ਸ਼ਿਆਮਾ ਜੀ ਕ੍ਰਿਸ਼ਨ ਵਰਮਾ ਅਤੇ ਮੈਡਮ ਕਾਮਾ ਮਤਲਬ ਕੱਢਦੇ ਸੀ, ਔਰ ਉਹ ਬੜਾ ਰੈਡੀਕਲ ਪੇਪਰ ਸੀ, ਔਰ ਦੂਸਰੀ ਜਿਹੜੀ ਕਿਤਾਬ ਉਹਨਾਂ ਦੇ ਹੱਥ ਵਿੱਚ ਸੀ ਉਹ ਇਹ ਸੀ ਦ ਸਪੀਚਿਸ ਫਰੋਮ ਦ ਡੌਗ। ਮੈਂ ਉਹ ਕੱਢੀ, ਕਿਉਂਕਿ ਅੱਜ ਕੱਲ੍ਹ ਇੰਟਰਨੈਟ ਤੁਹਾਨੂੰ ਬਹੁਤ ਕੁਛ ਸਹੂਲਤ ਦੇ ਦਿੰਦਾ ਹੈ ਕਿ ਸਵਾਲ ਪਾਓ ਅਤੇ ਤੁਹਾਨੂੰ, ਲੇਕਿਨ ਇਹ ਲੱਭਣਾ ਹੁੰਦਾ ਕਿ ਸਵਾਲ ਦਾ ਜਵਾਬ ਮਤਲਬ ਠੀਕ ਹੈ ਕਿ ਫੈਬਰੀਕੇਟਡ ਹੈ, ਲੇਕਿਨ ਤੁਹਾਨੂੰ ਮਿਲ ਜਾਂਦਾ। ਜਦੋਂ ਮੈਂ ਪਾਇਆ ਉਹ ਕਿਤਾਬ ਮਿਲ ਗਈ, ਔਰ ਉਹ ਕਿਤਾਬ ਉਹਨਾਂ ਮਾਰਟਾਇਰਸ ਦੀ ਆਇਰਲੈਂਡ ਦੀ, ਜਿਨ੍ਹਾਂ ਨੇ ਫਾਂਸੀ ਦੇ ਹੁਕਮ ਤੋਂ ਬਾਅਦ ਜਾਂ ਫਾਂਸੀ ਦੇ ਤਖ਼ਤੇ ਤੋਂ ਕੁਛ ਗੱਲਾਂ ਕਹੀਆਂ। ਤਾਂ ਮੈਨੂੰ ਲੱਗਾ ਕਿ ਇਹ ਉਹਦੀ ਮੋਟੀਵੇਟਿੰਗ, ਕਰਤਾਰ ਸਿੰਘ ਸਰਾਭਾ ਉਹਨਾਂ ਦੀ ਮੋਟੀਵੇਟਿੰਗ ਫੋਰਸ ਮਤਲਬ ਇਹਦੇ ਵਿੱਚ ਵੀ ਲਾਈ ਕਰਦੀ ਹੈ। ਔਰ ਇਹ ਗੱਲ, ਔਰ ਤੀਸਰੀ ਗੱਲ ਜਿਹੜੀ ਹੈ, ਜਿਹੜੀ ਹੁਣ ਮੈਂ ਜਦੋਂ ਦੁਬਾਰਾ ਭਗਤ ਸਿੰਘ ਉਹਨਾਂ ਦਾ ਉਹਨਾਂ ਦੇ ਬਾਰੇ 'ਚ ਲੇਖ ਪੜ੍ਹ ਰਿਹਾ ਸੀ, ਕਿਉਂਕਿ ਇਹ ਸਾਨੂੰ ਉਹਨਾਂ ਦੇ ਸਾਡੇ ਮੇਰੇ ਨਾਨੀ ਜੀ, ਉਹਨਾਂ ਦੇ ਮਾਤਾ ਜੀ ਨੇ, ਅਸੀਂ ਜਦੋਂ ਪਹਿਲੀ ਵਾਰੀ ਉਹਨਾਂ ਕੋਲ ਰਿਕਾਰਡ ਕੀਤਾ ਮੈਸੇਜ, ਤਾਂ ਸਾਡਾ ਸਵਾਲ ਸੀ ਤੁਹਾਨੂੰ ਭਗਤ ਸਿੰਘ ਕਿੱਦਾਂ ਯਾਦ ਆਉਂਦਾ, ਅੱਜ ਕਿਵੇਂ ਲੱਗਦਾ? ਅਤੇ ਉਹਨਾਂ ਦੀ ਪਹਿਲੀ ਗੱਲ ਇਹ ਸੀਗੀ ਕਿ ਵੀ ਉਹ ਮੈਨੂੰ ਜੇਬ 'ਚੋਂ ਕਰਤਾਰ ਸਿੰਘ ਸਰਾਭਾ ਦੀ ਫੋਟੋ ਕੱਢ ਕੇ ਦਿਖਾਉਂਦਾ ਹੁੰਦਾ ਸੀ ਕਿ ਇਹ ਮੇਰਾ ਗੁਰੂ ਹੈ, ਮੇਰਾ ਗਾਈਡ ਹੈ, ਮੇਰਾ ਫਿਲਾਸਫਰ ਹੈ। ਔਰ ਨਾਲ ਹੀ ਇਹ ਹੈ ਕਿ ਵੀ ਉਹਦੀ ਜੇਬਾਂ, ਕੋਟ ਦੀਆਂ ਜੇਬਾਂ ਵਿੱਚ ਦੋਨੋਂ ਬੰਨੇ ਕਿਤਾਬਾਂ ਹੁੰਦੀਆਂ ਸੀ, ਕੋਟ ਪਾਟਾ ਹੁੰਦਾ ਸੀ ਲੇਕਿਨ ਕਿਤਾਬਾਂ ਹੁੰਦੀਆਂ ਸੀ। ਤਾਂ ਉਹ ਦੋ ਪ੍ਰਭਾਵ ਜਿਹੜੇ ਨੇ, ਔਰ ਨਾਲ ਹੀ ਉਹ ਕਹਿੰਦੇ ਵੀ ਕਰਤਾਰ ਸਿੰਘ ਸਰਾਭਾ ਦਾ ਇੱਕ ਸ਼ੇਰ ਵੀ ਸੁਣਾ ਦਿੰਦਾ ਸੀ, ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ, ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ। ਅਤੇ ਕੰਟੀਨਿਊਟੀ ਹੈ, ਔਰ ਇੱਕ ਇਹ ਵੀ ਸੰਭਾਵਕ ਹੈ ਕਿ ਮਤਲਬ ਕਰਤਾਰ ਸਿੰਘ ਸਰਾਭਾ ਅਤੇ ਸਚਿੰਦਰ ਨਾਥ ਸਾਨਿਆਲ ਸਾਕਿਸ਼ਨ ਸਿੰਘ ਉਹਨਾਂ ਕੋਲੋਂ ਪੈਸੇ ਲੈਣ ਵਾਸਤੇ ਆਏ, ਜਿਹਦਾ ਰਿਕਾਰਡ ਹੈ। ਪਹਿਲਾਂ ਅਸੀਂ ਵੀ ਸਾਕਿਸ਼ਨ ਸਿੰਘ ਉਹਨਾਂ ਨੇ ਗਦਰ ਪਾਰਟੀ ਨੂੰ 1000 ਰੁਪਏ ਦਿੱਤਾ। ਜਦੋਂ ਮੈਂ ਜੱਜਮੈਂਟ ਵਿੱਚ ਦੇਖਿਆ ਉਹਨੇ ਬੜਾ ਸਾਫ਼ ਲਿਖਿਆ ਕਿ ਇਹ ਕਰਤਾਰ ਸਿੰਘ ਸਰਾਭਾ ਲੈ ਕੇ ਆਏ ਸੀ, ਔਰ ਉਹ ਕਿੱਥੇ ਕਿੱਥੇ ਵੰਡੇ ਗਏ ਉਹਦਾ ਵੀ ਜ਼ਿਕਰ ਉਹਨਾਂ ਨੇ ਕੀਤਾ, ਜਿਹੜਾ ਮਤਲਬ ਹੈ ਕਿ
9 साल ਦੇ ਭਗਤ ਸਿੰਘ ਨੇ ਕਰਤਾਰ ਸਿੰਘ ਸਾਹਿਬਾ ਨੂੰ ਦਾ ਰਿਫਲੈਕਸ਼ਨ ਵੀ ਦੇਖੀ ਹੈ। ਬਾਕੀ ਗੱਲਾਂ ਕਿਉਂਕਿ ਉਹਨਾਂ ਦਾ ਜਿੰਨਾ ਉਹਨਾਂ ਨੇ ਲਿਖਿਆ ਗਦਰ ਪਾਰਟੀ ਵਾਲਿਆਂ ਵਾਸਤੇ, ਉਸ ਵੇਲੇ ਇੱਕੋ ਡਾਕੂਮੈਂਟ ਅਵੇਲੇਬਲ ਸੀ, ਉਹ ਜਜਮੈਂਟ ਦੀ ਕਾਪੀ ਸੀ, ਉਹਦੀ ਪੂਰੀ ਪ੍ਰੋਸੀਡਿੰਗ ਸੀ, ਉਹ ਅਵੇਲੇਬਲ ਸੀ ਭਗਤ ਸਿੰਘ ਹੋਣਾ ਨੂੰ। ਔਰ ਉਹਦੇ ਵਿੱਚੋਂ ਜਿਹੜੀ ਇੱਕ ਬਹੁਤ ਹੀ ਅਹਿਮ ਗੱਲ ਉਹਨਾਂ ਨੇ ਲਿਖੀ ਔਰ ਬਾਅਦ ਵਿੱਚ ਮੈਂ ਜਜਮੈਂਟ 'ਚ ਵੈਰੀਫਾਈ ਵੀ ਕੀਤੀ ਕਿ ਜਿਹੜਾ ਤਿੰਨ ਰੰਗ ਦਾ ਗਦਰ ਪਾਰਟੀ ਦਾ ਝੰਡਾ ਸਭ ਤੋਂ ਪਹਿਲਾਂ ਯੁਗਾਂਤਰ ਆਸ਼ਰਮ 'ਤੇ ਲੱਗਾ, ਔਰ ਉਸ ਝੰਡੇ ਦਾ ਤਿੰਨ ਰੰਗ ਕੀ ਪ੍ਰਤੀਕ ਨੇ, ਉਹ ਤਿੰਨ ਰੰਗ ਨੇ ਇਕੁਐਲਿਟੀ, ਲਿਬਰਟੀ, ਫਰਟਰਨਿਟੀ ਦੇ। ਔਰ ਇਹ ਗੱਲ ਜੱਜ ਨੂੰ ਵੀ ਕਹੀ ਉਹਨਾਂ ਨੇ, ਜਜਮੈਂਟ ਵਿੱਚ ਵੀ ਲਿਖੀ ਹੋਈ ਹੈ। ਕਰਤਾਰ ਸਿੰਘ ਸਰਾਭਾ ਨੇ ਬੜਾ ਸਪਸ਼ਟ ਦੱਸਿਆ ਕਿ ਇਹ ਤਿੰਨ ਰੰਗ ਉਹਨਾਂ ਸਮਾਜਿਕ ਕਦਰਾਂ ਦੇ ਨੇ ਜਿਹਦੇ ਉੱਤੇ ਸਮਾਜ ਅੱਗੇ ਵਿਕਸਿਤ ਹੁੰਦਾ। ਤੋ ਇਕੁਐਲਿਟੀ, ਲਿਬਰਟੀ, ਫਰਟਰਨਿਟੀ। ਔਰ ਕੱਲ੍ਹ ਮੈਂ ਜੋ ਦੁਬਾਰਾ ਦੇਖ ਰਿਹਾ ਸੀ ਤਾਂ ਭੀਮ ਰਾਓ ਅੰਬੇਦਕਰ ਵੀ ਆਪਣੀ ਜਿਹੜੀ ਆਖਰੀ ਸਪੀਚ ਹੈ ਉਹਨਾਂ ਦੀ ਕੋਨਸਟੀਟਿਊਸ਼ਨ ਅਸੈਂਬਲੀ ਦੀ, ਉਹਦੇ 'ਚ ਵੀ ਇਹਨਾਂ ਤਿੰਨਾਂ ਸ਼ਬਦਾਂ ਦੇ ਉੱਤੇ ਉਹ ਜ਼ੋਰ ਦਿੰਦੇ ਨੇ, ਸੋਸ਼ਲ ਜਸਟਿਸ ਵਾਸਤੇ, ਸਮਾਜਿਕ ਨਿਆਂ ਵਾਸਤੇ ਇਹਨਾਂ ਤਿੰਨਾਂ ਵੈਲਿਊਜ਼ ਦਾ ਹੋਣਾ ਬਹੁਤ ਜ਼ਰੂਰੀ। ਤੋ ਮੇਰਾ ਕਿ ਇਹ ਜਿਹੜਾ ਕਰਤਾਰ ਸਿੰਘ ਸਰਾਭਾ ਹੋਣਾ ਨੇ ਔਰ ਉਹਨਾਂ ਨੇ ਜਿਹੜੀ ਐਨਰਜੀ, ਔਰ ਉਹ ਵੀ ਹੈ ਕਿ ਆਪਾਂ ਵੀ ਨਵੀਂ ਟੈਕਨੋਲੋਜੀ ਨਾਲ ਸਾਰੇ ਪਹੁੰਚਦੇ ਹਾਂ, ਅਤੇ ਕਰਤਾਰ ਸਿੰਘ ਸਰਾਭਾ ਨੇ ਵੀ ਨਵੀਂ ਟੈਕਨੋਲੋਜੀ, ਉਸ ਵੇਲੇ ਹਵਾਈ ਜਹਾਜ਼ ਆਇਆ ਸੀ ਔਰ ਉਹ ਹਵਾਈ ਜਹਾਜ਼ ਦੀ ਟ੍ਰੇਨਿੰਗ, ਕਈ ਦੇਰ ਸਾਡੇ ਦੋਸਤ ਕੁਐਸਚਨ ਕਰਦੇ ਰਹੇ ਕਿ ਐਵੇਂ ਬਾਬੇ ਗੱਪ ਸ਼ੱਪ ਮਾਰ ਦਿੰਦੇ ਨੇ, ਤਾਂ ਮੈਨੂੰ ਲੱਗਾ ਕਿ ਵੀ ਵਾਕਿਆ ਕੋਈ ਉੱਥੇ ਇੰਸਟੀਟਿਊਸ਼ਨ ਸੀ ਜਿਹੜਾ ਜਹਾਜ਼ਾਂ ਦੀ ਟ੍ਰੇਨਿੰਗ ਦਿੰਦਾ ਸੀ, ਅਤੇ ਉਹ ਨਿਊਯਾਰਕ ਵਿੱਚ ਸੀ, ਉਹਦਾ ਸਾਰਾ ਰਿਕਾਰਡ ਮਿਲ ਗਿਆ। ਮਤਲਬ ਗਏ, ਇਹ ਸਿੱਖਿਆ ਇਸ ਕਰਕੇ ਨਹੀਂ ਕਿ ਉਹਨਾਂ ਨੇ ਪਾਇਲਟ ਬਣਨਾ, ਉਹਨਾਂ ਨੂੰ ਇਹ ਸੀਗਾ ਕਿ ਇਹ ਸਾਡੀ ਆਜ਼ਾਦੀ ਦੀ ਜੰਗ ਵਿੱਚ ਇਹ ਵੀ ਹਥਿਆਰ ਜਿਹੜਾ ਵਰਤਿਆ ਜਾ ਸਕਦਾ, ਔਰ ਉਹਦੇ ਵਾਸਤੇ ਤਿਆਰੀ ਕੀਤੀ। ਤੋ ਮੈਨੇ ਕਿਹਾ ਇਹ ਜਿਹੜਾ ਹੈ ਕਿ ਨਵੀਂ ਟੈਕਨੋਲੋਜੀ ਨੂੰ ਐਕਸੈਪਟ ਕਰਨਾ ਔਰ ਉਹਦੇ ਨਾਲ ਅੱਗੇ ਵਧਣਾ। ਔਰ ਇਹਦੇ 'ਤੇ ਹੀ ਜਿਹੜਾ ਮੇਰਾ ਕੱਲ੍ਹ ਅਸੀਂ ਖਟਕੜ ਕਲਾਂ ਨੌਜਵਾਨਾਂ ਨੂੰ ਤਿੰਨ ਬੁੱਤ ਡੈਡੀਕੇਟ ਕੀਤੇ ਨੇ ਜਿਹੜੇ ਉਹਨਾਂ ਦੇ ਭਗਤ ਸਿੰਘ ਨੂੰ 1924 ਵਿੱਚ ਫਰੀਜ਼ ਕਰਦੇ। 1924 ਬਹੁਤ ਇੰਪੋਰਟੈਂਟ ਜਗ੍ਹਾ ਹੈ ਭਗਤ ਸਿੰਘ ਦਾ ਬਣਨਾ, ਜਿੱਦਾਂ ਕਰਤਾਰ ਸਿੰਘ ਸਰਾਭਾ, ਮਤਲਬ ਇਸ ਕਰਕੇ ਨਹੀਂ ਵੀ ਉਹਨਾਂ ਨੇ ਕਿਹਾ ਮੈਂ ਕੁਰਬਾਨੀ ਦੇਣੀ ਹੈ, ਉਹ ਇੱਕ ਸਮੱਸਿਆ ਦਾ ਸਮਾਧਾਨ, ਮਤਲਬ ਉਹਦਾ ਹੱਲ ਲੱਭ ਰਹੇ ਨੇ। ਔਰ ਉਹ ਸਮੱਸਿਆ ਕੀ ਸੀ ਉਸ ਵੇਲੇ, ਇਹ ਸੀ ਕਿ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਵਿਦੇਸ਼ 'ਚ ਜਾ ਕੇ, ਤੁਹਾਡੀ ਇੱਜ਼ਤ ਨਹੀਂ ਹੈ ਜਿੰਨਾ ਚਿਰ ਤੱਕ ਤੁਹਾਡੇ ਮਗਰ ਤੁਹਾਡਾ ਦੇਸ਼ ਆਜ਼ਾਦ ਨਹੀਂ ਹੈ। ਔਰ ਇਹ ਜਿਹੜੀ ਫੀਲਿੰਗ ਸੀ ਉਹਨਾਂ ਦੀ, ਉਹਦੇ ਵਿੱਚ ਉਹਨਾਂ ਨੇ ਆਣ ਕੇ ਜਿੰਨਾ ਡਾਇਨਾਮਿਕਲੀ ਕੰਮ ਕੀਤਾ, ਬਾਬਾ ਭਕਨਾ ਤੋਂ ਵੀ ਮੈਂ ਉਹਨਾਂ ਦੇ ਬਾਰੇ 'ਚ ਜਾਣਿਆ, ਤਾਂ ਉਹ ਜਿਹੜਾ ਹੈ ਭਗਤ ਸਿੰਘ ਉਹਨੂੰ ਕੈਰੀ ਕਰ ਰਿਹਾ ਅੱਗੇ। ਔਰ ਭਗਤ ਸਿੰਘ ਜਿਹੜਾ ਹੈ ਉਹ ਜਿੱਦਾਂ ਮੈਂ ਸਮਝਦਾ ਕਿ ਇਹ ਜਿਹੜਾ ਉਹਨਾਂ ਦਾ ਉੜੀਸਾ ਵਾਲਾ 2 ਸਾਲ ਨੇ, ਔਰ ਉਹ ਹੈ ਕਿ ਵੀ ਕਦੀ ਆਪਾਂ ਨੂੰ ਮਤਲਬ, ਕਿਉਂਕਿ ਅਗਰ ਸੁਭਾਸ਼ ਦਾ ਉੱਥੇ ਐਂਟਰੀ ਹੈਗੀ ਹੈ ਤਾਂ ਕਰਤਾਰ ਸਿੰਘ ਸਰਾਭਾ ਦੀ ਐਂਟਰੀ ਵੀ ਹੋਏਗੀ, ਉੱਥੇ ਉਹਨਾਂ ਦਾ ਕੀ 10ਵੀਂ ਦਾ ਸਟੇਟਸ ਸੀ, ਉਹ ਸ਼ਾਇਦ ਆਪਾਂ ਲੱਭ ਕੇ ਨੂੰ ਕਹਾਣੀ ਨੂੰ ਪੂਰਾ ਕਰ ਸਕਦੇ, ਕਿਉਂਕਿ ਕਹਾਣੀ ਦੇ ਵਿੱਚ ਜਿਹੜੇ ਡਿਫਰੈਂਟ ਬਿੰਦੂ ਮਿਲਦੇ ਨੇ ਉਹਨਾਂ ਨੂੰ ਜੋੜਨਾ ਹੁੰਦਾ, ਜਿਹੜਾ ਮੈਂ ਤੁਹਾਡੇ ਨਾਲ ਮਤਲਬ ਸਾਂਝਾ ਕਰਨਾ ਚਾਹੁੰਦਾ ਸੀ। ਤੋ ਭਗਤ ਸਿੰਘ ਨੇ ਅਤੇ ਉਹਨਾਂ ਦੇ ਸਾਥੀਆਂ ਨੇ 1924 ਵਿੱਚ ਇੱਕ ਨੌਜਵਾਨ ਲਹਿਰ ਨੂੰ ਖੜਾ ਕੀਤਾ। ਔਰ ਅੱਜ ਜਦੋਂ ਮੈਂ ਮੁੜ ਕੇ ਦੇਖ ਰਿਹਾ ਸੀ ਤਾਂ ਇਹ ਲੱਗਾ ਕਿ ਉਹ ਨੌਜਵਾਨ ਲਹਿਰ ਅੱਜ ਭਗਤ ਸਿੰਘ ਸਾਡੇ ਤੱਕ ਲੈ ਕੇ ਆਏ। ਮੈਨੂੰ ਧਿਆਨ ਨਾ ਫੇਕੋ, ਅਗਰ ਭਗਤ ਸਿੰਘ ਉੱਥੇ ਬਿਆਨ ਦਿੰਦੇ ਰਹਿੰਦੇ, ਲੇਕਿਨ ਉਹ ਬਿਆਨ ਕੌਣ ਕੈਰੀ ਕਰਦਾ, ਅਖਬਾਰ ਅਗਰ ਕੈਰੀ ਕਰਦੀ ਵੀ ਤਾਂ ਕਿੱਥੋਂ ਤੱਕ ਪਹੁੰਚਦੀ। ਲੇਕਿਨ ਜਦੋਂ ਇੱਕ ਜੰਗਲ 'ਚ ਬੈਠਾ ਹੋਇਆ ਬੰਦਾ ਘਰੋਂ ਦੌੜ ਕੇ ਆਇਆ, ਮਤਲਬ ਕਹਿੰਦਾ, ਮਤਲਬ ਉਹ ਬਾਅਦ ਵਿੱਚ ਵੱਡੇ ਲੀਡਰ ਬਣੇ, ਉਹ ਕਹਿੰਦਾ ਮੈਂ ਅਤੇ ਆਂਧਰਾ ਦੇ ਜੰਗਲ 'ਚ ਇਸ ਕਰਕੇ ਗਿਆ ਸੀ ਵੀ ਉੱਥੇ ਕੋਈ ਸਾਧ ਸੀ, ਰੋਟੀ ਮਿਲ ਜਾਂਦੀ ਸੀ, ਅਤੇ ਕਹਿੰਦੇ ਇੱਕ ਤਾਂ ਰੋਟੀ ਨਹੀਂ ਬਣੀ। ਅਤੇ ਮੈਂ ਕਿਹਾ ਬਾਬਾ ਅੱਜ ਰੋਟੀ ਨਹੀਂ ਖਾਣ ਮਿਲੇਗੀ, ਉਹ ਕਹਿੰਦਾ ਤੂੰ ਅਜੇ ਜਾਨਵਰ ਹੈ, ਤੈਨੂੰ ਖਾਣ ਤੋਂ ਬਗੈਰ ਕਿਸੇ ਚੀਜ਼ ਦੇ ਹੀ ਨਹੀਂ, ਆਦਮੀ ਬਣ। ਅੱਜ ਭਗਤ ਸਿੰਘ ਅਤੇ ਦੱਤ ਦੇ ਨਾਲ ਸਾਰਾ ਹਿੰਦੁਸਤਾਨ ਇੱਕ ਦਿਨ ਦੀ ਭੁੱਖ ਕਰ ਗਿਆ, ਤੂੰ ਉਹ ਜੰਗਲ ਤਾਂ ਖਬਰ ਪਾਉਣ ਲੈ ਕੇ ਗਿਆ। ਉਹ ਬਿਆਨ ਜਿਹੜਾ ਉਹ ਅਦਾਲਤ ਵਿੱਚ ਦਿੰਦੇ ਨੇ ਔਰ ਬਾਅਦ ਵਿੱਚ 3 ਦਿਨ ਬਾਅਦ ਜੱਜ ਕਹਿੰਦਾ ਇਹ 'ਚ ਛੱਪਣਾ ਨਹੀਂ ਚਾਹੀਦਾ, ਉਹਦੇ 'ਚ ਹੱਥ ਨਾਲ ਮਾਰ ਕੀਤੇ ਹੋਏ ਨੇ, ਵੀ ਆਹ ਵੀ ਨਹੀਂ ਛੱਪਣਾ, ਉਹ ਵੀ ਨਹੀਂ ਛੱਪਣਾ। ਲੇਕਿਨ 6 ਜੂਨ ਨੂੰ ਉਹ ਛੱਪ ਜਾਂਦਾ, ਕਿਉਂਕਿ ਨੌਜਵਾਨ ਭਾਰਤ ਸਭਾ ਦਾ ਜਿਹੜਾ ਪ੍ਰੈਜੀਡੈਂਟ ਹੈ ਉਹ ਕੋਰਸਪੋਂਡੈਂਟ ਵੀ ਹਿੰਦੁਸਤਾਨ ਟਾਈਮਜ਼ ਦਾ, ਉਹ ਨਾਲ ਦੀ ਨਾਲ ਹੀ ਛਾਪ ਦਿੰਦਾ। ਤਾਂ ਇਹ ਜਿਹੜਾ ਨੌਜਵਾਨ ਲਹਿਰ ਖੜੀ ਕਰਨ ਦਾ, ਔਰ ਉਹਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ
गल है। और वो मैं जो हम देख रहा कि क्योंकि जो मैं वापस 1924 च विजिट किया तो यह लगा कि महात्मा गांधी जोड़े ने लाहौर आते हैं, क्योंकि 1921 तो जोड़ा मतलब है कि उस बाद आते हैं। और लाहौर जो आए और उस वेले कुछ समस्यावान का सामने रखते हैं, वो कहते भी हिंदुस्तान दिया दो कमजोरिया ने जिदे करके अगे नहीं बदले जा सकया या असं फेल हो। एक है कि क्रिमिनल स्ट्राइक के धर्म के नाम से दंगे, और दूसरा जोड़ा है कि असी एक तिहाई लोगों इंसानी हक नहीं देंगे अछूत कह के रखते हैं। तो भगत सिंह ने दे साथियों ने उदों क्योंकि विचार एक पैदा हो रहा है कि भी मजदूर किसानों किया जाए, तो उन्होंने साथी कामरेड रामचंद्रा जेडे नौजवान भारत सभा के प्रेजिडेंट से उन्होंने नाम, उन्होंने जो ये सुझाव दिता भगत सिंह कहते कि उस तो पहला नौजवानों अपने दिमाग में यह क्ढना पैना है। अगर ये मतलब अस समाज चो नहीं कट सकते लेकिन नौजवानों के दिमाग चो कट सकते। और थोड़ा जहा अगर आप देखिए कि गदर पार्टी का प्रभाव जेड़ा तुसी किसे गदर पार्टी दे मतलब मैंबर दे नाल उधर पिंड की पहचान तो है, ये आइडेंटिटी पिंड है, लेकिन कभी उन्होंने जात की आइडेंटिटी नहीं दी, एक खासियत। और उसका असर तुसी जलियांवाले बाग तो जिहड़ा प्री पीरियड है मार्च का उहदे च देख सकते, क्योंकि मैं इहदे ते भी सवाल अपने आप नूं कीता कि भी जिहड़ा भी किसी भी सरकार के ऑफिसर तो एफिशिएंट होंगे सरकार वास्ते, तो जलियांवाले बाग च पागलपन क्यों होया उन्होंने। और जो ध्यान ना देखा तो उहदे विच दो चीज़ा आ गईआं, 1904 विच एक हिस्टरी लिखी गई वो मिस्टर जी डब्ल्यू फॉरेस्टर है जिन्हें 1857 की हिस्टरी लिखी, और उन्हें बड़े प्यारे तरीके नाल कहा कि सारा कुछ देख के, क्योंकि मैं ओरिजिनल डाकूमेंट देखे ने गदर दे 1857 दे, तो असी इस नतीजे ते पहुंचे हैं कि जे इत्थे धर्मां तो उठ के लोग इकट्ठे हो जाण या इत्थे जातां तो उठ के लोग इकट्ठे हो जाण तो फिर अंग्रेज राज दा खात्मा है। डायर मतलब उन्होंने दिनों में 1857 को देख रहे, और अपने मुंडे को कहता कहता भी आ गया 1857, क्योंकि लोग कट्ठे हो गए, कट्ठे किए हुए वो भी बड़ा इंट्रस्टिंग है, क्योंकि हड़ताल की कॉल दे दी तो डिबेट्स भी लोगों को रोटी नहीं मिल रही, हड़ताल की कर लगे। तो किसी ने कहा कि आप डीसी को कहने कि वह सस्तियाँ दुकान खोल दे, दूजे कहते भी अपना मसला है डीसी का नहीं है, तो ये आप करिए लंगर लाइए। और अमृतसर तो लाहौर के हर महल लंगर लगता, और लंगर का असर यह होया कि जात पात के धर्मां तो लोग उपर उठ गए। और मार्क पॉइंट है 9 अप्रैल 1919, 9 अप्रैल 1919 रामनौमी जी है वो सांझे तौर पर मनाई गई, डॉक्टर बशीर जोड़े ने वो लीड कर रहे हैं, डॉक्टर बशीर बहुत वधिया मैडिकल ऑफिसर मैडिकल प्रैक्टिशनर सन और बड़ा और वो लीड कर रहे हैं। पहला तो शायद याद हो कि एक होंदा सी हिंदू पानी है मुसलमान पानी है, कहिंदे जो उदन सारे पानी इकट्ठे हो गए, हर आदमी उस शबील तो पानी पी रहा सी। और वो जी एकता है मैं क्या उन्हें और फॉरेस्टर ने जी गल वार्निंग की थी वो डायर नूं पागल कर दी, कि मैं इहो सबक सिखावां कि भी मुड़के लोग इकट्ठे ना हो सकन। और उन्हें तोड़न का तरीका है वो 1921 तो बाद 24 तो दंगे हुए, कोटा का दंगा खास तौर पर मतलब मशहूर है, तो उस भगत सिंह ने कहते हैं कि यदा जे साडे लीडर ने उस समस्या साढ़े सामने रख रहे हैं लेकिन इसका हल नहीं दस रहे। मतलब हल जो उस वे कढ़िया गया है कि भी मुसलमान लीडर तो हिंदू लीडर कहो जी तुम एक स्टेटमेंट कॉमन दे दौ, तो वो कहें थोड़ा लोगों ने थोड़ा हटना लोगों को किमें और नौजवान अपने दिमाग चो इस गल कि क्ढन, तो फिर उन्होंने कुछ चीज़ों होर ऐड की। एक उन्होंने सवाल यह अपने आप को किया सारे साथियों का इकट्ठा भगत सिंह जी बोल कि भी अंग्रेज राज का साढ़े हूँ का साढ़े तो व्डा सराप किड़ा सराप है जोड़ा अंग्रेज राज ने दिता, और वो उन्होंने कहा कि नाम रख ली गया। और मैं हैरानी हुई कि हूँ मिस्टर पिकटी अजकल ना बराबरी के इकोनोमिस्ट ने फ्रांस के जिन्होंने सब तो ज़्यादा इनइक्वैलिटी का काम किया,
ਔਰ ਉਹਦੀ ਜਿਹੜੀ ਸਟੇਟਮੈਂਟ ਆਈ ਕਿ 20ਵੇਂ ਦਹਾਕੇ ਵਿੱਚ ਇੰਡੀਆ ਵਿੱਚ ਉਹ ਨਾ ਬਰਾਬਰੀ ਸੀ ਜਿਹੜੀ 2016 'ਚ ਵਾਪਸ ਆ ਗਈ। ਤਾਂ ਫਿਰ ਮੈਨੂੰ ਲੱਗਾ ਕਿ ਵੀ ਭਗਤ ਸਿੰਘ ਦੇ ਪੀਰੀਅਡ ਔਰ ਜਦੋਂ ਉਹਨਾਂ ਦਾ ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ ਪੜ੍ਹਿਆ ਤਾਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਮਤਲਬ 98% ਲੋਕਾਂ ਲਈ ਸਵਰਾਜ ਹੋਏਗਾ ਔਰ 98% ਲੋਕ ਲੜਕੇ ਲਓ, ਔਰ ਨਾ ਬਰਾਬਰੀ ਜਿਹੜੀ ਹੈ ਉਹ ਤਾਂ ਦੋ ਉਹਦੇ 'ਚ ਭਾਈਚਾਰਾ ਅਤੇ ਬਰਾਬਰੀ ਜਿਹੜੇ ਨੇ ਉਹ ਦੋਨੋਂ ਪੂਰਕ ਨੇ, ਇੱਕ ਚੀਜ਼ ਇਕੱਲੀ ਨਹੀਂ ਆ ਸਕਦੀ। ਤੁਸੀਂ ਕਹੋ ਕਿ ਬਰਾਬਰੀ ਹੋ ਜਾਵੇ ਪਰ ਭਾਈਚਾਰਾ ਨਾ ਹੋਵੇ, ਇਹ ਨਹੀਂ ਹੋਣਾ। ਤਾਂ ਇਸ ਕਰਕੇ ਭਗਤ ਸਿੰਘ ਹੋਣਾ ਨੇ ਕਿਹਾ ਕਿ ਅੱਜ ਤੋਂ ਆਪਾਂ ਇਹਦਾ ਯਥਾਰਥਕ ਜਿਹੜਾ ਹੈ ਉਹ ਲੱਭੀਏ। ਔਰ ਉਹੀ ਉਹਨਾਂ ਦਾ ਪੀਰੀਅਡ ਹੈ ਜਦੋਂ ਉਹ ਦੁਨੀਆ ਦੇ ਸਾਹਿਤ ਨੂੰ ਪੜ੍ਹਨਾ ਸਮਝਦੇ ਨੇ, ਕਿਉਂਕਿ ਗਦਰ ਪਾਰਟੀ ਨੇ ਔਰ ਕਰਤਾਰ ਸਿੰਘ ਸਰਾਭਾ ਨੇ ਇੱਕ ਹੋਰ ਸਮਝ ਦਿੱਤੀ ਕਿ ਵੀ ਆਪਾਂ ਇਹ ਤੋਂ ਉੱਤੇ ਉੱਠੀਏ ਕਿ ਇਹ ਕਿਸੇ ਅੰਗਰੇਜ਼ ਜਾਤ ਨਾਲ ਲੜਾਈ ਹੈ ਜਾਂ ਅੰਗਰੇਜ਼ ਰਾਜ ਇੰਗਲੈਂਡ ਨਾਲ ਲੜਾਈ ਹੈ, ਇਹ ਇੱਕ ਸਿਸਟਮ ਦੀ ਲੜਾਈ ਹੈ ਜਿਹਨੂੰ, ਕਿਉਂਕਿ ਉਹਨਾਂ ਨੇ ਸਾਰੀ ਦੁਨੀਆ ਵਿੱਚ ਘੁੰਮ ਕੇ ਦੇਖਿਆ ਔਰ ਉਹ ਸਿਸਟਮ ਦਾ ਨਾਂ ਹੈ ਸਾਮਰਾਜਵਾਦ। ਇਹ ਗਦਰ ਪਾਰਟੀ ਇਹ ਸਮਝ ਲਿਆਈ। ਭਗਤ ਸਿੰਘ ਨੇ ਉਹਨੂੰ ਕਿਹਾ ਕਿ ਇਹ ਗਦਰ ਅਤੇ ਇਨਕਲਾਬ ਇੱਕ ਦਵੰਦਾਤਮਕ ਰਿਸ਼ਤਾ ਹੈ, ਇਹਨਾਂ ਦਾ ਡਾਇਲੈਕਟੀਕਲ ਰਿਲੇਸ਼ਨਸ਼ਿਪ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਪੂਰਾ ਨਾਰਾ ਜਿਹੜਾ ਹੈ ਉਹ ਹੈ ਕਿ ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ, ਕਿ ਲੋਕਾਂ ਦੇ ਜੀਵਨ ਵਿੱਚ ਇਨਕਲਾਬ ਤਾਂ ਆਏਗਾ ਜੇ ਸਾਮਰਾਜਵਾਦ ਜਿਹੜਾ ਹੈ ਉਹਦਾ ਉਹਨੂੰ ਠੱਲ ਪਾਈ ਜਾਵੇ ਜਾਂ ਉਹਨੂੰ ਹਟਾਇਆ ਜਾਵੇ। ਤਾਂ ਸਾਮਰਾਜਵਾਦ ਕੀ ਹੈ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ, ਕਿ ਜਦੋਂ ਇੱਕ ਦੇਸ਼ ਦੂਸਰੇ ਦੇਸ਼ ਨੂੰ ਲੁੱਟਦਾ ਹੈ ਤਾਂ ਉਹ ਸਾਮਰਾਜ ਹੁੰਦਾ, ਜਿਹਨੂੰ ਅੱਜ ਕੋਈ ਨਵੇਂ ਲਫ਼ਜ਼ਾਂ 'ਚ ਵੀ ਕਿਹਾ ਜਾ ਸਕਦਾ, ਨਾ ਉਦਾਰਵਾਦ ਕਿਹਾ ਜਾ ਸਕਦਾ। ਲੇਕਿਨ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਜਦੋਂ ਉਹ ਅਸੈਂਬਲੀ 'ਚ ਗਏ, ਤਾਂ ਮੈਂ ਉਹਦੇ 'ਚ ਦੂਜਾ ਹੈ ਕਿ ਤੁਹਾਨੂੰ ਪਤਾ ਹੈ ਜਦੋਂ ਭਗਤ ਸਿੰਘ ਗਏ ਉਹ ਤਾਂ 21 ਸਾਲਾਂ ਦੇ ਸੀ, ਲੇਕਿਨ ਬੀਕੇ ਦੱਤ ਦੀ ਉਮਰ ਕੀ ਸੀ? ਮਤਲਬ ਉਨਾ ਹੀ ਮਜ਼ਬੂਤ ਆਦਮੀ ਹੈ, ਲੇਕਿਨ ਉਹ 18.5 ਸਾਲ ਦੇ ਸੀ। ਤਾਂ ਜਦੋਂ ਬੀਕੇ ਦੱਤ, ਉਹਨਾਂ ਦਾ ਇੱਕ ਆਰਟੀਕਲ ਬੜਾ ਇੰਟਰਸਟਿੰਗ ਹੈ, ਉਹ ਕਹਿੰਦੇ ਕਾਕਾ ਤੁਸੀਂ ਸਾਨੂੰ ਸਾਡੇ ਵੱਡੇ ਉਹ ਪੱਖ ਤਾਂ ਦੇਖੇ ਨੇ ਕਿ ਅਸੀਂ ਕਿੰਨੀਆਂ ਯਾਤਰਾਵਾਂ ਸਹੀਆਂ, ਅਸੀਂ ਕਿੱਦਾਂ ਬਹਾਦਰੀ ਨਾਲ ਲੜੇ, ਲੇਕਿਨ ਤੁਸੀਂ ਕਦੀ ਇਹ ਕੁਐਸਚਨ ਨਹੀਂ ਕੀਤਾ ਕਿ ਅਸੀਂ ਇੱਥੋਂ ਤੱਕ ਬਣ ਕੇ ਕਿੱਦਾਂ ਗਏ। ਤੂੰ ਉਹ ਜਿਹੜਾ ਬਣਨ ਦਾ ਪ੍ਰੋਸੈਸ ਹੈ ਉਹ ਬਹੁਤ ਇੰਪੋਰਟੈਂਟ ਹੈ, ਜਿੱਦਾਂ ਤੁਹਾਡੇ ਵਾਸਤੇ ਵੀ। ਜਿੱਦਾਂ ਕੀ ਤੁਹਾਨੂੰ ਕੋਈ ਕਿਤਾਬ ਤੁਹਾਡੀ ਇੱਕ ਹੈ ਜਿਹਨੂੰ ਤੁਸੀਂ ਕਹਿ ਸਕੋ ਕਿ ਇਹਨੇ ਮੈਨੂੰ ਹਲਾਤਾ ਕਿਤਾਬ, ਜਾਂ ਮਤਲਬ ਤੁਹਾਡੇ ਕੋਈ ਉਹ, ਕਿਉਂਕਿ ਇਹ ਜਿਹੜਾ ਮਤਲਬ ਉਹਦੇ ਤੋਂ ਲੱਗਾ ਕਿ ਇਹ ਜਿਹੜਾ ਨਾਲ ਸਾਥੀ ਨੂੰ ਚੁਣਨਾ, ਔਰ ਜਿਵੇਂ ਉਹਨਾਂ ਨੇ ਬਾਅਦ ਵਿੱਚ ਵੀ ਆਪਣਾ ਜੀਵਨ ਇੱਕ ਆਦਰਸ਼ਕ ਰੱਖਿਆ ਕਿ ਉਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਕਿਉਂਕਿ ਤੁਸੀਂ ਬਹੁਤ ਵੱਡੀ ਅਚੀਵਮੈਂਟ ਨਹੀਂ ਕਰਦੇ ਲੇਕਿਨ ਤੁਸੀਂ ਕੰਪਰੋਮਾਈਜ਼ ਨਹੀਂ ਕਰਦੇ। ਤਾਂ ਇਹ ਜਿਹੜਾ ਮਤਲਬ ਹੈ ਕਿ ਗਦਰ ਪਾਰਟੀ ਦੀ ਧਰਾਤਲ ਜਿਹੜੀ ਹੈ ਉਹਦੇ ਉੱਤੇ ਮਤਲਬ ਬਹੁਤ ਕੁਛ ਜਿਹੜਾ ਹੈ ਉਹ ਖੜਾ ਹੋਇਆ ਅਗਲਾ ਹਿੱਸਾ। ਤੀਸਰੀ ਜਿਹੜੀ ਮੈਂ ਸਮਝਦਾ ਕਿ ਇਹਦੇ ਵਿੱਚ ਕਿ ਜਦੋਂ ਭਗਤ ਸਿੰਘ ਇਹ ਨੌਜਵਾਨਾਂ ਦੇ ਕਰ ਰਹੇ ਨੇ, ਤਾਂ ਉਹਨਾਂ ਨੇ ਪਹਿਲਾ ਕਾਰ ਇਹ ਕਿਹਾ ਕਿ ਵੀ ਜੋਸ਼ ਦੇ ਨਾਲ ਹੋਸ਼ ਹੋਣੀ ਚਾਹੀਦੀ ਹੈ। ਜਿਹੜੇ ਕੱਲ੍ਹ ਅਸੀਂ 3 ਉਹਨਾਂ ਨੂੰ ਡੈਡੀਕੇਟ ਕੀਤੇ ਨੇ ਯੂਥ ਮੂਵਮੈਂਟ ਨੂੰ, ਖਟਕੜ ਕਲਾਂ ਬੁੱਧ, ਉਹ ਨੇ ਕਿ ਜੇ ਹੱਥ ਉੱਠਿਆ ਹੋਇਆ ਤਾਂ ਤੁਹਾਡੇ ਦੂਜੇ ਹੱਥ ਦੀ ਕਿਤਾਬ ਹੈ ਤੁਸੀਂ। ਔਰ ਭਗਤ ਸਿੰਘ ਕਹਿੰਦੇ ਨੇ ਕਿ ਵੀ ਮੇਰੇ ਮਨ 'ਚ ਕਿ ਵੀ ਦੁਨੀਆਂ 'ਚ ਜਿਹਨਾਂ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਖਾਸ ਤੌਰ 'ਤੇ, ਅਦਰਵਾਈਜ਼ ਜਿਹੜੇ ਲੋਕ ਲੜੇ ਨੇ ਉਹਨਾਂ ਨੂੰ ਸਮਝਿਆ ਜਾਵੇ, ਔਰ ਉਹਨਾਂ ਨੇ ਸਾਰੀਆਂ ਲਹਿਰਾਂ ਨੂੰ ਸਮਝੇ। ਕਿਉਂਕਿ ਸਾਡੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਮੈਨੂੰ ਲੱਗਦਾ ਹੁੰਦਾ ਕਿ ਅਸੀਂ ਭਗਤ ਸਿੰਘ ਨੂੰ ਆਪਣਾ ਗਵਾਹ ਬਣਾਉਣਾ ਚਾਹੁੰਦੇ ਹਾਂ ਜਾਂ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗਵਾਹ ਬਣਾਉਣਾ ਚਾਹੁੰਦੇ ਹਾਂ, ਤਾਂ ਅਸੀਂ ਗਵਾਹੀ 'ਚ ਉਹਨਾਂ 'ਚ ਪੇਸ਼ ਕਰਦੇ ਹਾਂ ਜਿਹੜਾ, ਲੇਕਿਨ ਜਿਹੜੀ ਉਹਨਾਂ ਦੀ ਸਮੁੱਚਤਾ ਹੈ, ਕਿਉਂਕਿ ਉਹਨਾਂ ਵਾਸਤੇ ਅਗਰ ਮਤਲਬ ਔਰ ਇਹ ਜਿਹੜਾ ਮਤਲਬ ਹੈ ਕਿ ਵੀ ਕਿੱਥੋਂ ਸਵਾਲ ਦਾ ਹੱਲ ਕਿੱਥੋਂ ਲੱਭੇ, ਕਿਉਂਕਿ ਲੀਡਰਾਂ ਕੋਲ ਨਹੀਂ ਹੈ, ਲੀਡਰ ਸਵਾਲ ਖੜ੍ਹੇ ਕਰ ਰਹੇ ਨੇ ਲੇਕਿਨ ਉਹਦਾ ਹੱਲ ਕਿੱਥੋਂ ਲੱਭੇ, ਉਹਦਾ ਹੱਲ ਤੁਹਾਨੂੰ ਤਾਂ ਲੱਭੇਗਾ ਜੇ ਤੁਸੀਂ ਦੁਨੀਆ ਦੇ ਤਜਰਬੇ ਨੂੰ ਮਤਲਬ ਦੇਖਿਆ ਹੈ। ਔਰ ਉਹ ਤਜਰਬੇ ਵਿੱਚੋਂ ਜਿਹੜੀ ਪਹਿਲੀ ਕਿਤਾਬ ਟਰਾਂਸਲੇਟ ਕਰਦੇ ਨੇ ਉਹ 17 ਸਾਲ ਦੀ ਉਮਰ ਵਿੱਚ ਹੈ, ਔਰ ਉਹ ਵੀ ਕਿਉਂ, ਕਿਉਂਕਿ 1921 ਇੱਕ ਲੈਂਡਮਾਰਕ ਹੈ, ਜਲਿਆਂਵਾਲੇ ਬਾਗ ਤੋਂ ਬਾਅਦ, ਮਾਰਸ਼ਲ ਲਾ ਤੋਂ ਬਾਅਦ ਗਾਂਧੀ ਜੀ ਆਏ, ਉਹਨਾਂ ਨੇ ਇਹਦੀ ਪੂਰੀ ਰਿਪੋਰਟ ਤਿਆਰ ਕੀਤੀ। ਉਹਨਾਂ ਨੂੰ ਬੜਾ ਡਰ ਲੱਗਾ ਕਿ ਜੇ ਪੰਜਾਬ ਵਰਗਾ ਦੇਸ਼ ਇੰਨਾ ਜ਼ੁਲਮ ਸਹਿ ਇੱਥੋਂ ਕੀ ਪਟੇ ਫਟੇਗਾ ਅਤੇ ਕੁਛ ਕੀਤਾ ਜਾਵੇ, ਅਤੇ ਉਹਨਾਂ ਨੇ ਮਤਲਬ ਜਿਹੜੀ ਨੋਨ ਕੋਪਰੇਸ਼ਨ ਮੂਵਮੈਂਟ ਦਾ ਨਾਰਾ ਦਿੱਤਾ, ਲੇਕਿਨ ਉਹ 1944 ਤੋਂ ਬਾਅਦ ਹਟਾ ਲਿਆ ਗਿਆ। ਲੇਕਿਨ ਜਿਹੜਾ ਸਵਾਲ ਭਗਤ ਸਿੰਘ ਉਹਨਾਂ ਦਾ ਕਿ ਇਹਦਾ ਹੱਲ ਕਿੱਥੇ ਹੈ, ਔਰ ਉਹ ਕਹਿੰਦੇ ਵੀ 1921 ਵਿੱਚ ਆਇਰਲੈਂਡ ਜਿਹੜਾ ਹੈ ਉਹ ਡੋਮੀਨੀਅਨ ਸਟੇਟਸ ਲੈ ਲੈਂਦਾ, ਹਾਲਾਂਕਿ ਪ੍ਰੋਬਲਮ ਤੋਂ ਬਗੈਰ ਨਹੀਂ ਹੈ,
ਅੱਜ ਜੇ ਆਪਾਂ ਪਾਕਿਸਤਾਨ ਨਾਲ ਲੜ ਰਹੇ ਤਾਂ ਅੱਜ ਤੱਕ ਨੌਰਥ ਆਇਰਲੈਂਡ ਨਾਲ ਲੜੀ ਜਾ ਰਹੇ। ਲੇਕਿਨ ਉਹਦੇ ਵਿੱਚ ਕਿ ਜਦੋਂ ਜੀ ਉਹਨਾਂ ਕੋਲ ਕੀ ਇਹੋ ਜਿਹਾ ਫਾਰਮੂਲਾ ਹੈ ਕਿ ਉਹ ਬਿਲਕੁਲ ਉਹਦੇ ਨੱਕ 'ਤੇ ਬਹਿ ਕੇ, ਔਰ ਉਹ ਇਹ ਵੀ ਬੜੀ ਇੰਟਰਸਟਿੰਗ ਹੈ ਕਿ ਜਦੋਂ ਸਾਡੇ ਗਦਰ ਪਾਰਟੀ ਵਾਲੇ ਮਤਲਬ ਹਿੰਦੁਸਤਾਨ ਨੂੰ ਆ ਰਹੇ ਨੇ ਅਤੇ ਡੀ ਵਲੇਰਾ ਮਤਲਬ ਆਪਣੀ ਪਾਰਟੀ ਨੂੰ ਲੈ ਕੇ ਮਤਲਬ ਉੱਥੇ ਜਾ ਰਿਹਾ ਆਇਰਲੈਂਡ ਵਿੱਚ, ਉਹ ਕਹਿੰਦੇ ਉਹਨਾਂ ਨੇ ਕੀ ਇਹਨਾਂ ਉਹਨਾਂ ਕੋਲ ਹੈ। ਔਰ ਉਹ ਜਾਣਨ ਵਾਸਤੇ ਉਦੋਂ ਜਿਹੜੀ 1924 'ਚ ਕਿਤਾਬ ਆਈ ਮਾਈ ਫਾਈਟ ਫਾਰ ਆਇਰਿਸ਼ ਫਰੀਡਮ ਬਾਈ ਡੈਨਬਰੀ, ਉਹਨੂੰ ਉਹਨਾਂ ਨੇ ਹਿੰਦੀ 'ਚ ਅਨੁਵਾਦ ਕੀਤਾ ਤਾਂ ਕਿ ਬਾਕੀ ਸਾਥੀ ਜਿਹੜੇ ਨੇ ਉਹਨਾਂ ਨੂੰ ਉਹ ਪੜ੍ਹ ਸਕਣ। ਅਤੇ ਉਹਦੇ ਉਹ ਉਹਨਾਂ ਦਾ ਪਹਿਲਾ, ਲੇਕਿਨ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਕਈ ਵਾਰੀ ਅੱਧਾ ਸਬਕ ਸਿੱਖਦੇ ਹਾਂ ਪੂਰਾ ਨਹੀਂ ਸਿੱਖਦੇ। ਅੱਧਾ ਸਬਕ ਇਹ ਸੀਗਾ ਕਿ ਵੀ ਪੂਰੀ ਤਰ੍ਹਾਂ ਡੱਟ ਕੇ ਗੁਰੀਲਾ ਵਾਰਫੇਅਰ ਕਰੋ ਔਰ ਅੰਗਰੇਜ਼ਾਂ ਨੂੰ ਮਤਲਬ ਟਿਕਾਣੇ ਲਗਾਓ। ਲੇਕਿਨ ਕਹਿੰਦੇ ਉਹਨੇ ਇੱਕ ਥਾਂ ਬਹੁਤ ਵਧੀਆ ਕਿਹਾ ਕਿ ਮੈਂ ਵਾਇਸਰਾਏ 'ਤੇ ਹਮਲਾ ਕਰਕੇ ਅਗਰ ਆਪਣੇ ਪਿੰਡ ਆ ਜਾਵਾਂ ਤਾਂ ਮੇਰਾ ਪਿੰਡ ਜਿਹੜਾ ਉਹ ਕੱਟ ਜਾਏਗਾ, ਉਹ ਉਹਦੇ 'ਤੇ ਜਿੰਨਾ ਮਰਜ਼ੀ ਜ਼ੁਲਮ ਹੋਵੇਗਾ ਮੇਰੇ ਬਾਰੇ 'ਚ ਨਹੀਂ ਦੱਸੋ। ਉਹਨਾਂ ਕਿਹਾ ਵੀ ਜੇ ਅਸੀਂ, ਕਿਉਂਕਿ ਉਹਨਾਂ ਨੇ ਕਤੋਰੀ ਕੇਸ ਵਾਲੇ ਆਪਣੇ ਸਾਥੀਆਂ ਦਾ ਦੇਖਿਆ ਕਿ ਉਹ ਬਹਾਦਰ ਨੇ, ਉਹ ਬਹੁਤ ਸਿਆਣੇ ਨੇ, ਲੇਕਿਨ ਲੋਕਾਂ ਨੇ ਉਹਨੂੰ ਨਹੀਂ ਪਹਿਚਾਣਿਆ, ਤਾਂ ਇਸ ਕਰਕੇ ਭਗਤ ਸਿੰਘ ਉਹਨਾਂ ਦਾ ਇਹ ਸੀ ਕਿ ਇਹਨੂੰ ਮਤਲਬ ਨੌਜਵਾਨ ਲਹਿਰ ਵਿੱਚ ਬਦਲਿਆ ਜਾਵੇ। ਨੌਜਵਾਨ ਲਹਿਰ ਦਾ ਇੱਕ ਹੋਰ ਬਹੁਤ ਇੰਟਰਸਟਿੰਗ ਔਰ ਮੈਨੂੰ ਲੱਗਾ ਸੀ ਕਿ ਡਾਕਟਰ ਸਾਹਿਬ ਵੀ ਸਾਇੰਸ ਨਾਲ ਨੇ, ਕਿ ਭਗਤ ਸਿੰਘ ਦਾ ਵਿਗਿਆਨਕ ਹੋਣ ਦਾ ਇੱਕ ਬਹੁਤ ਵੱਡਾ ਕਾਰਨ, ਕਿਉਂਕਿ ਜਦੋਂ ਪਹਿਲਾਂ ਆਪਾਂ ਸੋਚਦੇ ਹਾਂ ਕਿ ਮੈਜਿਕ ਲੈਂਟਰਨ ਜਿਹੜੀ ਹੈ ਉਹ ਰੁਚੀ ਰਾਮ ਸਾਹਨੀ ਜੀ ਵਰਤਦੇ ਸੀ ਲੋਕਾਂ ਨੂੰ ਪੰਜਾਬੀ ਵਿੱਚ ਸਾਇੰਸ ਪੜ੍ਹਾਉਣ ਲਈ, ਭਗਤ ਸਿੰਘ ਉਹਨੂੰ ਮਤਲਬ ਇਹਦਾ ਮਤਲਬ ਕਿ ਮੈਜਿਕ ਲੈਂਟਰਨ ਦਾ ਉਹਨਾਂ ਨੂੰ ਪਤਾ ਹੈ ਔਰ ਉਹ ਯੂਜ਼ ਕਰਦੇ ਨੇ ਨੌਜਵਾਨਾਂ ਨੂੰ ਔਰ ਲੋਕਾਂ ਨੂੰ ਆਪਣੇ ਸ਼ਹੀਦਾਂ ਦੇ ਬਾਰੇ 'ਚ ਯਾਦ ਕਰਾਉਣ ਲਈ। ਜਾਂ ਹੰਸਰਾਜ ਵਾਇਰਲੈਸ ਹੈ ਜਿਹੜਾ ਬਹੁਤ ਐਕਸਪੈਰੀਮੈਂਟ ਕਰ ਰਿਹਾ, ਔਰ ਇੱਕ ਬਹੁਤ ਹੀ ਖੂਬਸੂਰਤ ਗੱਲ ਜਿਹੜੀ ਹੈ, ਤੁਸੀਂ ਦੱਸ ਸਕਦੇ ਹੋ ਕਿ ਲਾਹੌਰ ਤੋਂ ਕਿੰਨੇ ਨੋਬਲ ਪ੍ਰਾਈਜ਼ ਵਿਨਰ ਹੋਏ? ਕਦੇ ਆਪਾਂ ਸੋਚਿਆ ਕਿ ਲਾਹੌਰ ਦੇ ਨਾਲ ਕਨੈਕਟਡ ਚਾਰ ਮਤਲਬ ਜਿਹੜੇ ਨੇ ਉਹ ਨੋਬਲ ਪ੍ਰਾਈਜ਼ ਵਿਨਰ ਸੀ, ਜਿਹਦੇ 'ਚ ਪਹਿਲਾ ਖੁਰਾਨਾ ਹੈ, ਫਿਰ ਅਬਦੁਲ ਸਲਾਮ ਹੈ, ਫਿਰ ਇੱਕ ਅਮੈਰੀਕਨ ਹੈ ਕੌਮਪਟਨ। ਕੌਮਪਟਨ ਨੇ 2 ਸਾਲ ਆਣ ਕੇ ਇੱਥੇ ਕੰਮ ਕੀਤਾ, ਕਿਉਂਕਿ ਰੁਚੀ ਰਾਮ ਸਾਹਨੀ ਹੋਣਾ ਨੇ ਇੰਨੇ ਵਧੀਆ ਇੰਸਟਰੂਮੈਂਟ ਮਜਰਿੰਗ ਇੰਸਟਰੂਮੈਂਟ ਬਣਾਤੇ ਸੀ। ਔਰ ਫਿਰ ਇੱਕ ਬਹੁਤ ਲੰਬੀ ਲਾਈਨ ਹੈ ਜਿਹੜੀ ਲਾਹੌਰ ਨੇ ਸਾਇੰਟਿਸਟਾਂ ਦੀ ਪੈਦਾ ਕੀਤੀ। ਦੂਜਾ ਸੈਂਟਰ ਸੀ ਕੈਲਕਟਾ, ਮੈਂ ਕਹਿੰਦਾ ਕੈਲਕਟਾ 'ਚੋਂ 6 ਨੋਬਲ ਪ੍ਰਾਈਜ਼ ਵਿਨਰ ਨੇ। ਇਹਦਾ ਮਤਲਬ ਹੈ ਕਿ ਜਦੋਂ ਸਾਇੰਸ ਲੋਕਾਂ 'ਚ ਜਾਏਗੀ ਤਾਂ ਉਹ ਤੁਹਾਡਾ ਪੂਰਾ ਜਿਹੜਾ ਸੋਚਣ ਦਾ ਕਿ ਸਮੱਸਿਆ ਦਾ ਹੱਲ ਕੱਢਣ ਲਈ ਤੁਸੀਂ ਕਿਵੇਂ ਤੁਰਨਾ, ਤਾਂ ਉਹ ਵੀ ਵਿਗਿਆਨਕ ਜਿਹੜਾ ਭਗਤ ਸਿੰਘ ਜੋ ਬਹੁਤ ਜ਼ੋਰ ਲਾਉਂਦੇ ਨੇ ਕਿ ਇਕੱਲੀ ਫਿਲੋਸਫੀ ਲੋਕਾਂ ਦਾ ਭਲਾ ਚਾਹੁਣ ਨਾਲ ਭਲਾ ਨਹੀਂ ਹੁੰਦਾ, ਤੁਹਾਨੂੰ ਇੱਕ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਸਮਾਜਿਕ ਸ਼ਕਤੀ ਚਾਹੀਦੀ। ਤਾਂ ਉਹ ਜਦੋਂ ਵਿਗਿਆਨਕ ਉਹਦੀ ਗੱਲ ਕਰਦੇ ਨੇ ਤਾਂ ਉਹ ਮੈਨੂੰ ਲੱਗਾ ਕਿ ਉਹ ਜਿਹੜਾ ਮਾਹੌਲ ਹੈ ਜਿਹੜਾ ਮਤਲਬ ਪੰਜਾਬ ਦੇ ਵਿੱਚ ਮਤਲਬ ਇੱਕ ਕਲਚਰ ਆਫ ਸਾਇੰਸ ਮੂਵਮੈਂਟ ਨੇ ਜਿਹਨੇ ਪੰਜਾਬੀ ਵਿੱਚ ਕੀਤੀ, ਬੰਗਾਲ ਵਿੱਚ ਵੀ ਇਹ ਸੀ ਕਿ ਬੰਗਾਲੀ ਵਿੱਚ ਜਗਦੀਸ਼ ਚੰਦਰ ਬੋਸ ਆਪਣੇ ਉਸ ਸੈਂਟਰ ਨੂੰ ਜਦੋਂ ਉਹਨਾਂ ਨੇ ਇਸਟੈਬਲਿਸ਼ ਕੀਤਾ, ਉਹਨਾਂ ਕਿਹਾ ਵੀ ਜਿਹੜੀ ਵੀ ਇੱਥੇ ਵਿਗਿਆਨਕ ਮਤਲਬ ਕੋਈ ਚੀਜ਼ ਕੱਢੋ ਇਹ ਤੁਸੀਂ ਬੰਗਾਲੀ ਵਿੱਚ ਲੋਕਾਂ ਨੂੰ ਸਿਖਾਉਣੀ ਤਾਂ ਕਿ ਲੋਕਾਂ ਤੱਕ ਪਹੁੰਚੇ, ਮਤਲਬ ਉਹ ਗਿਆਨ ਲੋਕਾਂ ਦਾ ਹਿੱਸਾ ਬਣੇ। ਔਰ ਜਦੋਂ ਉਹ ਇੱਕ ਲਹਿਰ ਦਾ ਹਿੱਸਾ ਬਣਦਾ ਹੈ ਤਾਂ ਮੈਨੂੰ ਲੱਗਾ ਕਿ ਇੱਕ ਬਹੁਤ ਵੱਡਾ ਗੈਪ ਹੈ ਜਿਹਨੂੰ ਅੱਜ ਵੀ ਸਾਨੂੰ ਐਡਰੈਸ ਕਰਨ ਦੀ ਲੋੜ ਹੈ ਕਿ ਉਹ ਜਿਹੜੀ ਸਾਇੰਸ ਆਜ਼ਾਦੀ ਦੀ ਮੂਵਮੈਂਟ ਦੇ ਨਾਲ ਇੱਕ ਮਤਲਬ ਫਰੀ ਆਪਣੀ ਨੌਲੇਜ ਦਾ ਪੈਦਾਵਾਰ ਕਰਨਾ ਵੀ ਉਹਦੇ ਨਾਲ ਜੁੜਿਆ ਹੋਇਆ ਸੀ। ਤਾਂ ਉਹ ਵੀ ਭਗਤ ਸਿੰਘ ਉਹਨਾਂ 'ਤੇ ਮਤਲਬ ਉਹਦਾ ਇਨਫਲੂਐਂਸ ਹੈ। ਤਾਂ 1924, ਇਸ ਕਰਕੇ ਮੈਂ ਕਹਿ ਰਿਹਾ ਕਿ 1924 'ਚ 100 ਸਾਲ ਦਾ ਪੜ੍ਹਨਾ, ਅਤੇ ਉਹ ਨੌਜਵਾਨ ਲਹਿਰ ਦਾ ਜਿਹੜਾ 100 ਸਾਲ ਹੈ ਉਹਨੂੰ ਮਨਾਇਆ ਜਾਵੇ। ਫਿਰ ਉਹਨਾਂ ਨੇ ਇੱਕ ਥਾਂ ਇਹ ਵੀ ਕਿਹਾ ਕਿ ਨੌਜਵਾਨ ਜਿਹੜੇ ਨੇ ਉਹ ਧੀਰਜ ਨੂੰ ਮਤਲਬ ਆਪਣਾ ਜਿਹੜਾ ਹੈ ਮਤਲਬ ਜੁੱਸਾ ਬਣਾ ਲੈਣ, ਕਿ ਕਦੀ ਤੁਸੀਂ ਇਹ ਨਾ ਹੋਵੇ ਕਿ ਹਤਾਸ਼ ਹੋ ਕੇ ਤੁਸੀਂ ਉਹਨੂੰ ਛੱਡ ਜਾਓ, ਲੇਕਿਨ ਤੁਹਾਡੇ 'ਚ ਧੀਰਜ ਹੋਵੇ ਤੁਸੀਂ ਉਹਨੂੰ ਕਰ ਸਕੋ। ਫਿਰ ਉਹਦੇ 'ਚ ਜਿਹੜਾ ਮਤਲਬ ਇਹ ਵਿਗਿਆਨਕ ਆਸਪੈਕਟ ਹੈ, ਔਰ ਉਹਦੇ 'ਚ ਖਾਸ ਤੌਰ 'ਤੇ ਇੱਕ ਸ਼ਬਦ ਭਗਤ ਸਿੰਘ ਵਰਤਦੇ ਨੇ ਕਿ ਮੇਰਾ ਜਿਹੜਾ ਕਲਟ ਹੈ ਉਹ ਰੀਅਲਿਜ਼ਮ ਹੋ ਗਿਆ। ਹੁਣ ਰੀਅਲਿਜ਼ਮ ਦੇ ਕਲਟ ਨੂੰ ਆਪਾਂ ਕਿਵੇਂ ਸਮਝਾਂਗੇ? ਜਿੱਦਾਂ ਆਪਾਂ ਕਈ ਵਾਰ ਇਹਨੂੰ ਵੀ ਗਦਰ ਪਾਰਟੀ ਕਾਮਯਾਬ ਨਹੀਂ ਹੋਈ, ਲੇਕਿਨ ਗਦਰ ਪਾਰਟੀ ਨੇ ਇੱਕ ਏਕਤਾ ਦਾ ਕਲਚਰ ਦਿੱਤਾ,
ਜਿਹੜਾ ਕਲਚਰ ਜਿਹੜਾ ਹੈ ਜਿਹਦੇ ਉੱਤੇ ਲੋਕਾਂ ਨੇ ਜਲਿਆਂਵਾਲੇ ਬਾਗ ਨੇ ਸੈਕਰੀਫਾਈਸ ਕੀਤਾ। ਔਰ ਉਸ ਕਲਚਰ ਨੂੰ, ਔਰ ਇਹ ਵੀ ਬੜੀ ਇੰਟਰਸਟਿੰਗ ਹੋਈ ਗੱਲ ਜਾਣਨ ਲਈ ਕਿ ਭਗਤ ਸਿੰਘ ਉਹਨਾਂ ਨੇ ਨੌਜਵਾਨ ਭਾਰਤ ਸਭਾ ਦਾ ਜਿਹੜਾ ਉਦਘਾਟਨ ਸੀ ਉਹ ਲੰਗਰ ਨਾਲ ਕੀਤਾ। ਔਰ ਉਹ ਲੰਗਰ ਦਾ ਉਦਘਾਟਨ ਕਿਹਨੇ ਕੀਤਾ? ਸੈਫੁਦੀਨ ਕਿਚਲੀ ਹੋਣਾ ਨੇ। ਪਰ ਉਹਨਾਂ ਨੇ ਇਹ ਕਿਹਾ ਕਿ ਜੇ ਇਕੱਠੇ ਬਹਿ ਕੇ ਖਾਓਗੇ, ਪਰ ਉਹ ਥੋੜ੍ਹਾ ਜਿਹਾ ਨਿਹਿਲਿਸਟਿਕ ਵੀ ਸੀ ਕਿ ਵੀ ਆਪਾਂ ਮੀਟ ਕਹਿੰਦੇ ਨਾ ਵੱਖਰਾ ਵੱਖਰਾ ਹੁੰਦਾ, ਉਹ ਕਹਿੰਦੇ ਆਪਾਂ ਇਕੱਠਾ ਰਿੰਨ ਲੈਂਦੇ, ਇਕੱਠਾ ਖਾ ਲੈਂਦੇ ਹਾਂ, ਆਪੇ ਠੀਕ ਹੋ ਜੂਗਾ। ਮਤਲਬ ਥੋੜ੍ਹਾ ਨਿਹਿਲਿਸਟਿਕ ਸੀ, ਲੇਕਿਨ ਉਹ ਵੀ ਤਰੀਕਾ ਕਿ ਨੌਜਵਾਨ ਆਪਣੇ ਦਿਮਾਗ ਵਿੱਚੋਂ ਜਿਹੜੀਆਂ ਸਮੱਸਿਆਵਾਂ ਮੂਲ ਨੇ ਉਹਨੂੰ ਕੱਢਣ ਲਈ ਕਿਵੇਂ ਮਤਲਬ ਲੜ ਸਕਦੇ ਨੇ। ਔਰ ਉਹ ਉਸ ਲਹਿਰ ਨੇ ਬਹੁਤ ਵੱਡਾ ਲੰਮਾ ਸਮਾਂ ਮਤਲਬ ਕੰਟਰੀਬਿਊਟ ਕੀਤਾ। ਸੁਭਾਸ਼ ਨੂੰ ਕਾਂਗਰਸ ਵਿੱਚ ਪ੍ਰੈਜੀਡੈਂਟ ਬਣਾਉਣ ਵਾਲੀ ਉਹੀ ਫੋਰਸ ਸੀ ਉਦੋਂ ਬਣੇ, ਉਹਨਾਂ ਨੇ ਆਪਣਾ ਨਾਂ ਕਾਂਗਰਸ ਸੋਸ਼ਲਿਸਟ ਪਾਰਟੀ ਕਰ ਲਿਆ ਸੀ, ਜਾਂ ਕਿਰਤੀ ਪਾਰਟੀ ਸੀ ਜਿਹੜੀ ਗਦਰ ਪਾਰਟੀ ਵਾਲੇ ਲੋਕਾਂ ਦੀ ਸੀ। ਤੋ ਇਹ ਇਸ ਕਰਕੇ ਮੈਂ ਸਮਝਦਾ ਕਿ ਇਹਨੂੰ ਆਪਾਂ ਉਸ ਅਗਰ ਸੰਦਰਭ ਵਿੱਚ ਦੇਖਾਂਗੇ ਕਿ ਉਹ ਜਿਹੜੇ ਨੌਜਵਾਨ ਜਿਹੜੇ ਸਾਡੇ ਅੱਜ ਹੀਰੋ ਨੇ ਉਹਨਾਂ ਦੇ ਬਣਨ ਦਾ ਇੱਕ ਪ੍ਰਕਿਰਿਆ ਹੈ। ਉਸ ਪ੍ਰਕਿਰਿਆ ਨੂੰ ਅਗਰ ਆਪਾਂ ਥੋੜ੍ਹਾ ਵੀ ਡੀਕੋਡ ਕਰ ਲਈਏ ਆਪਣੇ, ਤੋ ਮੇਰਾ ਖਿਆਲ ਅੱਜ ਵੀ ਤੁਸੀਂ, ਕਿਉਂਕਿ ਹੁਣ ਵੀ ਆਪਾਂ ਆਲਮੋਸਟ ਕ੍ਰਾਈਸਿਸ ਪੁਆਇੰਟ 'ਤੇ ਹਾਂ ਸਮਾਜ ਵਿੱਚ, ਲੇਕਿਨ ਕੀ ਅਸੀਂ ਉਸ ਕ੍ਰਾਈਸਿਸ ਨੂੰ ਰੈਕਗਨਾਈਜ਼ ਕਰਕੇ ਉਹਦੇ ਕ੍ਰਾਈਸਿਸ ਦੇ ਸੋਲਿਊਸ਼ਨ ਵੱਲ ਔਰ ਉਹਦੇ 'ਚ ਦੁਨੀਆ ਨੂੰ ਦੇਖਣ ਦੀ ਲੋੜ ਹੈ। ਜਿੱਦਾਂ ਮੈਂ ਕਹਿੰਦਾ ਸੀ ਵੀ ਅੱਜ ਕੱਲ੍ਹ 9/11 ਦੀ ਗੱਲ ਹੋ ਰਹੀ ਹੈ, ਲੇਕਿਨ ਇੱਕ 9/11 ਉਦੋਂ ਪਹਿਲਾਂ ਵੀ ਹੋਇਆ ਸੀ। ਇੱਕ 9/11 ਤਾਂ 2001 ਦਾ ਹੈ, ਇੱਕ 9/11 ਜਿਹੜਾ ਉਹ ਚਿੱਲੀ 'ਚ ਹੋਇਆ ਸੀ 1973 ਵਿੱਚ, ਜਦੋਂ ਸ਼ਿਕਾਗੋ ਦੇ ਸਾਰੇ ਜਿਹੜੇ ਇਕਨੋਮਿਸਟ ਨੇ ਉਹ ਉੱਥੇ ਇਹ ਨਿਊ ਲਿਬਰਲਿਜ਼ਮ ਦਾ ਮਾਡਲ ਮਤਲਬ ਸਥਾਪਿਤ ਕਰਨ ਵਾਸਤੇ ਗਏ ਸੀ। ਅੱਜ ਉਹੀ ਚਿੱਲੀ ਜਿਹੜੀ ਹੈ ਉਹਨਾਂ ਦਾ ਸਲੋਗਨ ਹੈ, ਔਰ ਉਹਦੇ 'ਚ ਕੌਮਨਰ ਜਿਹੜੇ ਨੇ ਦੇ ਹੈਵ ਟੇਕਨ ਬੈਕ, ਕਿਉਂਕਿ ਨਾ ਬਰਾਬਰੀ ਖੜੀ ਕਰਨੀ ਔਰ ਉਹਦੇ ਨਾਲ ਕਾਰਪੋਰੇਟ ਦਾ ਇੰਟਰਸਟ ਦੇਣਾ ਸ਼ਾਇਦ ਇਸ ਮਾਡਲ ਦਾ ਇੱਕ ਹਿੱਸਾ ਹੈ। ਔਰ ਅੱਜ ਉਹਨਾਂ ਦਾ ਮੈਂ ਜਦੋਂ ਸਲੋਗਨ ਪੜ੍ਹਿਆ ਕਿ ਹੀਅਰ ਨਿਊ ਲਿਬਰਲਿਜ਼ਮ ਵਾਜ਼ ਬੋਰਨ ਐਂਡ ਹੀਅਰ ਇਟ ਇਜ਼ ਬਰੀਡ, ਤੋ ਮਤਲਬ ਉਹਨਾਂ ਦੇ ਤਜਰਬੇ ਤੋਂ ਸ਼ਾਇਦ ਆਪਾਂ ਮਤਲਬ ਦੇਖ ਸਕਦੇ ਹੈਗੇ ਹਾਂ ਕਿ ਵੀ ਇਹ ਚੀਜ਼ਾਂ ਸਥਾਪ ਸਟੇਬਲ ਉਹ ਹੋਏਗਾ ਜਿਹੜਾ ਸਮਾਜ ਦੇ ਵਿੱਚ ਇੱਕ ਸੋਸ਼ਲ ਜਸਟਿਸ ਦੇ ਸਕੇਗਾ, ਨਹੀਂ ਤਾਂ ਇਨਸਟੇਬਿਲਟੀ ਇਨਸਟੇਬਿਲਟੀ 'ਚ ਲੋਕਾਂ ਦੀਆਂ ਸਫਰਿੰਗ ਵੱਧਦੀਆਂ ਨੇ। ਲੇਕਿਨ ਆਪਾਂ ਐਜ਼ ਸਕੋਲਰ ਐਜ਼ ਵੀ ਸੋਚਣ ਵਾਲੇ ਆਪਾਂ ਕੀ ਕਰ ਸਕਦੇ ਹਾਂ? ਮੇਰਾ ਇਹ ਹੈ ਕਿ ਇਹ ਅੱਜ ਉਹਨਾਂ ਤੋਂ ਮਤਲਬ ਸਰਾਭਾ ਤੋਂ ਭਗਤ ਸਿੰਘ ਨੇ ਲਿਆ, ਅਤੇ ਭਗਤ ਸਿੰਘ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਕਿਵੇਂ ਉਸ ਵੇਲੇ ਮਸਲਿਆਂ ਨੂੰ ਹੱਲ ਕਰਨਾ ਹੈ। ਤੋ ਮੇਰਾ ਸਮਝਦਾ ਕਿ ਮੇਰੀ ਇੰਨੀ ਕੁ ਸਬਮਿਸ਼ਨ ਹੈ। ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ।